ਦੱਸ ਦੇਣਾ ਚਾਹੁੰਦਾ ਕਿ ਐਲੀ ਮਾਰਗਰੇਟ ਭਾਈ ਦਾ ਇਦਾਂ ਹੀ ਆ ਓਕੇ ਉਹਨਾਂ ਦੇ ਮਤਲਬ ਦਿਮਾਗ 'ਚ ਜਦੋਂ ਵੀ ਕੁਛ ਆਉਂਦਾ ਹੈ ਕਿ ਹਾਂ ਵੀ ਗਾਣਾ ਆਇਆ ਕੋਈ ਤੇ ਇਹਦੇ ਵਿੱਚ ਆਈ ਉਹ ਉੱਦਾਂ ਕਹਿੰਦੇ ਨੇ ਕਿ ਆਪਾਂ ਕੱਲ੍ਹ ਕਰੀਏ ਜਾਂ ਪਰਸੋਂ ਕਰੀਏ ਉਹ ਕਈ ਵਾਰੀ ਡਿਫੀਕਲਟ ਹੋ ਜਾਂਦਾ ਹੈਂਡਲ ਕਰਨਾ ਹੁਣ ਜਿੱਦਾਂ ਤੁਸੀਂ ਦੱਸ ਰਹੇ ਪਰਮੀਸ਼ ਵਰਮਾ ਹੈ ਨਾ ਉਹਨਾਂ ਨੇ ਮਤਲਬ ਕਈ ਗਾਣੇ ਕੀਤੇ ਉਹ ਆਪ ਹੀ ਫੇਸ ਫੀਚਰ ਆਪਣਾ ਕਰਦੇ ਨੇ ਤੇ ਸਿੰਗਰ ਕਈ ਵਾਰੀ ਦਿਖਦਾ ਹੀ ਨਹੀਂ ਹੈਗਾ ਬਟ ਸਾਡੇ ਨਾਲ ਇੱਦਾਂ ਕਿ ਆਪਾਂ ਇੱਦਾਂ ਨਹੀਂ ਕਰ ਰਹੇ ਹਲੇ ਆਪਣਾ ਜਿੱਥੇ ਲੱਗਦਾ ਕਿ ਹਾਂ ਬਈ ਇੱਥੇ ਸ਼ਾਟ ਪਾਉਣਾ ਚਾਹੀਦਾ ਉੱਥੇ ਪਾਈਦਾ ਬਾਕੀ ਆਪਣਾ ਗਾਣਾ ਚੱਲਦਾ ਰਹਿੰਦਾ ਜਦੋਂ ਤੁਸੀਂ ਉਹ ਗਾਣੇ ਨੂੰ ਬਾਰ ਬਾਰ ਸੁਣਦੇ ਹੋ ਬਾਰ ਬਾਰ ਸੁਣਦੇ ਹੋ ਫਿਰ ਉਸ ਗਾਣੇ ਦਾ ਮਤਲਬ ਆਈਡੀਆ ਜਾਂ ਕ੍ਰੀਏਟਿਵਨੈਸ ਉੱਥੇ ਕੰਮ ਆਉਂਦੀ ਹੈ ਕਿ ਹਾਂ ਬਈ ਉਸ ਜਿਹੜੀ ਉਹ ਨੋਰਮਲ ਥਿੰਕਿੰਗ ਜਾ ਰਹੀ ਹੈ ਉਸ ਤੋਂ ਉੱਪਰ ਆਪਾਂ ਕਿੱਦਾਂ ਸੋਚਣਾ ਮੈਂ ਸਟਾਰਟਿੰਗ ਦੇ ਵਿੱਚ ਕਾਫੀ ਸਾਰੇ ਮਤਲਬ ਜਿਹੜੇ ਵੀ ਆਪਣੇ ਸਿੰਗਰਸ ਵਗੈਰਾ ਹੈਗੇ ਨੇ ਆਪਾਂ ਵਧੀਆ ਸਪੋਰਟ ਕੀਤੀ ਉਹਨਾਂ ਨਾਲ ਕਈਆਂ ਦੇ ਗਾਣੇ ਮੈਂ ਫ੍ਰੀ ਵੀ ਕੀਤੇ ਆ ਕਈ ਵਾਰੀ ਕੀ ਹੁੰਦਾ ਕਿ ਸ਼ੂਟ 'ਤੇ ਨਾ ਜਿੱਦਾਂ ਆਪਾਂ ਚੀਜ਼ਾਂ ਪਲੈਨ ਕੀਤੀਆਂ ਹੁੰਦੀਆਂ ਨੇ ਕਈ ਵਾਰੀ ਉੱਦਾਂ ਚੀਜ਼ਾਂ ਐਗਜ਼ੀਕਿਊਟ ਨਹੀਂ ਹੁੰਦੀਆਂ ਕਈ ਵਾਰੀ ਕੋਈ ਮਤਲਬ ਸਮਾਨ ਨੂੰ ਲੈ ਕੇ ਕੋਈ ਪ੍ਰੋਬਲਮ ਸ਼ੋਰਟੇਜ ਹੋ ਜਾਂਦੀ ਹੈ ਕਈ ਵਾਰੀ ਕੋਈ ਟੈਕਨੀਕਲ ਇਸ਼ੂ ਆ ਜਾਂਦਾ ਹੈ ਤਾਂ ਫਿਰ ਉਸ ਵੇਲੇ ਜੋ ਵੀ ਡਾਇਰੈਕਟਰ ਨੂੰ ਜਾਂ ਜਿਹੜੀ ਵੀ ਟੀਮ ਹੁੰਦੀ ਹੈ ਹੈ ਨਾ ਉਹਨਾਂ ਨੂੰ ਜੋ ਵੀ ਸੈੱਟ ਲੱਗਦਾ ਹੈ ਕਿ ਹਾਂ ਬਈ ਆਪਾਂ ਚਲੋ ਜੋ ਆਪਾਂ ਸੋਚਿਆ ਸੀ ਉਹ ਨਹੀਂ ਹੋ ਪਾ ਰਿਹਾ ਬਟ ਚਲੋ ਆਪਾਂ ਆਹ ਕਰ ਦਿੰਦੇ ਹਾਂ ਫਿਰ ਉਹ ਮੌਕੇ 'ਤੇ ਉਹ ਚੀਜ਼ ਕਰ ਦਿੰਦੇ ਨੇ ਹਾਈ ਗਾਈਜ਼ ਕਰਿਸ਼ਮਾ ਇੱਕ ਵਾਰ ਫਿਰ ਤੋਂ ਇੱਕ ਨਵੇਂ ਆਰਟਿਸਟ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਈ ਹੈ ਅਤੇ ਜਿਹੜੇ ਅੱਜ ਦੇ ਸਾਡੇ ਆਰਟਿਸਟ ਨੇ ਨਾ ਉਹਨਾਂ ਦੀ ਜੇਕਰ ਮੈਂ ਗੱਲ ਕਰਾਂ ਨਾ ਤਾਂ ਦੇਖੋ ਉਹ ਵੈਸੇ ਤਾਂ ਬੋਰਨ ਐਂਡ ਬ੍ਰੌਟ ਅਪ ਹੈਗੇ ਆ ਜਲੰਧਰ ਦੇ ਵਿੱਚ ਲੇਕਿਨ ਉਹਨਾਂ ਦੀ ਜਿਹੜੀ ਸਟੱਡੀ ਹੈਗੀ ਹੈ ਨਾ ਉਸਨੇ ਮੈਨੂੰ ਜ਼ਿਆਦਾ ਸਰਪ੍ਰਾਈਜ਼ ਕਰ ਦਿੱਤਾ ਉਹ ਕਿਉਂ ਮੈਂ ਇੱਦਾਂ ਕਹਿ ਰਹੀ ਹਾਂ ਕਿਉਂਕਿ ਦੇਖੋ ਅਫਕੋਰਸ ਉਹ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ ਤਾਂ ਹੈਗੇ ਆ ਲੇਕਿਨ ਉਹਨਾਂ ਨੇ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਹੈ ਨਾ ਉਹਨਾਂ ਨੇ ਮਾਸਟਰਸ ਇਨ ਇੰਟਰਨੈਸ਼ਨਲ ਬਿਜ਼ਨਸ ਐਂਡ ਫਾਈਨਾਂਸ ਕੀਤੀ ਉਸ ਤੋਂ ਬਾਅਦ ਉਹ ਲੰਡਨ ਵੀ ਚਲੇ ਗਏ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਵਿੱਚ ਜਾ ਕੇ ਉਹਨਾਂ ਨੇ ਪੜ੍ਹਾਈ ਕੀਤੀ ਇੱਥੇ ਬਸ ਨਹੀਂ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੇ ਇੱਕ ਅਮੈਰੀਕਨ ਐਕਸਪ੍ਰੈਸ ਕਰਕੇ ਕੰਪਨੀ ਹੈਗੀ ਹੈ ਉੱਥੇ ਉਹ ਫਾਈਨੈਂਸ਼ੀਅਲ ਐਨਲਿਸਟ ਕੁਛ ਇੱਦਾਂ ਦੇ ਤੌਰ 'ਤੇ ਉਹਨਾਂ ਨੇ ਕੰਮ ਕੀਤਾ ਹੈ ਇਨ ਦੈਨ ਹੀ ਸਵਿਚਡ ਟੂ ਇੰਟਰਟੇਨਮੈਂਟ ਇੰਡਸਟਰੀ ਸੋ ਵੈਲਕਮ ਨਵੀ ਲੁਬਾਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਜਿੰਨੀ ਕੁ ਮੈਂ ਇਨਫੋਰਮੇਸ਼ਨ ਦਿੱਤੀ ਹੈ ਇਹ ਠੀਕ ਬੋਲ ਰਹੀ ਹਾਂ ਨਾ ਮੈਂ ਇੰਨੀਆਂ ਸਾਰੀਆਂ ਤੁਸੀਂ ਡਿਗਰੀਜ਼ ਕਰਨ ਤੋਂ ਬਾਅਦ ਇਹ ਸਵਿਚ ਮਾਰਿਆ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਇਹ ਬਿਲਕੁਲ ਸਡਨ ਹੀ ਸਵਿਚ ਕਿਉਂਕਿ ਤੁਸੀਂ ਇੰਨੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਜ਼ਿਆਦਾ ਸਟੂਡੀਓ ਸਟੂਡੈਂਟ ਰਹੇ ਹੋਣਗੇ ਹੈ ਨਾ ਘਰਦਿਆਂ ਦੇ ਜਿਵੇਂ ਬੱਚੇ ਮਤਲਬ ਹੋਣੇ ਚਾਹੀਦੇ ਆ ਜਿਹੜੇ ਫੈਮਿਲੀ ਐਕਸਪੈਕਟ ਕਰਦੀ ਹੈ ਕਿ ਤੁਹਾਡੇ ਬੱਚੇ ਬਿਲਕੁਲ ਪੜ੍ਹੇ ਲਿਖੇ ਹੋਣੇ ਚਾਹੀਦੇ ਆ ਇੱਕਦਮ ਵਧੀਆ ਨੌਕਰੀ ਕਰਦੇ ਹੋਣੇ ਚਾਹੀਦੇ ਆ ਉਹ ਤੁਸੀਂ ਬਿਲਕੁਲ ਪਰਫੈਕਟਲੀ ਹੈ ਨਾ ਉਸ ਲੀਗ 'ਤੇ ਸੀਗੇ ਫਿਰ ਇਹ ਸਵਿਚ ਕਿੱਦਾਂ ਸੋ ਇਹ ਇਸ ਤਰ੍ਹਾਂ ਹੋਇਆ ਜੀ ਜਿਹੜੀ ਮੇਰੀ ਸਕੂਲਿੰਗ ਹੋਈ ਹੋਈ ਹੈ ਉਹ ਜਲੰਧਰ ਤੋਂ ਹੈਗੀ ਹੈ ਅਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਕਾਲਜ ਅਤੇ ਬਾਅਦ 'ਚ ਯੂਨੀਵਰਸਿਟੀ ਫਿਰ ਬਾਅਦ 'ਚੋਂ ਜੋਬ ਸੋ ਉਹ ਸਭ ਹੋਇਆ ਪਲਾਨ ਐਜ਼ ਪਰ ਜਿੱਦਾਂ ਦੀ ਫੈਮਿਲੀ ਦੀ ਰਿਕੁਆਇਰਮੈਂਟ ਸੀਗੀ ਜਿੱਦਾਂ ਪੇਰੈਂਟਸ ਚਾਹੁੰਦੇ ਸੀਗੇ ਹਰ ਇੱਕ ਦਾ ਹੁੰਦਾ ਕਿ ਆਪਣਾ ਕਿ ਪੇਰੈਂਟਸ ਨੂੰ ਹੁੰਦਾ ਕਿ ਕੋਈ ਡਾਕਟਰ ਬਣੇ ਕੋਈ ਇੰਜੀਨੀਅਰ ਬਣੇ ਕੋਈ ਮਾਸਟਰਸ ਕਰੇ ਕੋਈ ਜੋਬ ਕਰੇ ਸੋ ਮੇਰੇ ਵੀ ਪੇਰੈਂਟਸ ਤਾਂ ਇੱਦਾਂ ਹੀ ਸੀਗਾ ਕਿ ਉਹ ਕਹਿੰਦੇ ਸੀਗੇ ਕਿ ਮਾਸਟਰਸ ਕਰਕੇ ਜੋਬ ਕਰਨੀ ਆ ਸੋ ਮੈਂ ਪਹਿਲਾਂ ਉਹ ਸਭ ਕੀਤਾ ਜੋ ਮੈਂ ਚਾਹੁੰਦੇ ਸੀ ਹੈ ਨਾ ਸੋ ਉਸ ਤੋਂ ਬਾਅਦ ਡੂਰਿੰਗ ਦੈਟ ਕੋਰਸ ਮੈਂ ਮਤਲਬ ਆਪਣੇ ਫਰੈਂਡਸ ਹੈਗੇ ਨੇ ਡਾਇਰੈਕਸ਼ਨ ਲਾਈਨ ਦੇ ਵਿੱਚ ਹੈ ਨਾ ਫਰੇਮ ਸਿੰਘ ਹੋਰੀ ਹੋ ਗਏ ਟਰੂ ਮੇਕਰਸ ਹੋਰੀ ਹੋ ਗਏ ਸੋ ਆਪਣੇ ਸਾਰੇ ਮੁੰਡੇ ਯਾਰ ਦੋਸਤ ਨੇ ਜਲੰਧਰ ਤੋਂ ਨੇ ਸੋ ਉਹਨਾਂ ਨੇ ਮੈਨੂੰ ਪਹਿਲਾਂ ਚਾਂਸ ਦਿੱਤਾ ਸੀਗਾ ਐਜ਼ ਅ ਮਾਡਲ ਸੋ ਮੈਂ ਪਹਿਲਾਂ ਸਟਾਰਟ ਕੀਤਾ ਹੋਇਆ ਐਜ਼ ਅ ਮਾਡਲ ਅਤੇ ਜੱਸੀ ਗਿੱਲ ਭਾਈ ਨਾਲ ਰਣਜੀਤ ਬਾਬਾ ਭਾਈ ਨਾਲ ਹੋ ਗਏ ਅਤੇ ਹੋਰ ਵੀ ਕਈ ਆਰਟਿਸਟ ਨੇ ਉਹਨਾਂ ਨਾਲ ਮੈਂ ਐਜ਼ ਅ ਮਾਡਲ ਸ਼ੁਰੂ ਕੀਤਾ ਸੀ ਸੋ ਫਿਰ ਉਹ ਜਿਹੜੀ ਜੋਬ ਦੀ ਲਾਈਨ ਸੀਗੀ ਉਹ ਹੌਲੀ ਹੌਲੀ ਇੰਟਰਸਟ ਉੱਧਰ ਘੱਟਦਾ ਗਿਆ ਅਤੇ ਇੱਧਰ ਥੋੜ੍ਹਾ ਵੱਧਦਾ ਗਿਆ ਸੋ ਸਟਾਰਟ ਐਜ਼ ਅ ਮਾਡਲ ਕੀਤਾ ਫਿਰ ਜਦੋਂ ਜਦੋਂ ਸ਼ੂਟਸ 'ਤੇ ਜਾਂਦਾ ਰਿਹਾ ਥੋੜ੍ਹਾ ਦੇਖਦਾ ਸੀਗਾ ਕਿ ਕੀ ਸਾਰੇ ਕੀ ਕਿਸ ਦਾ ਰੋਲ ਕੀ ਹੈ ਡਾਇਰੈਕਟਰ ਦਾ ਕੀ ਰੋਲ ਹੈ ਇਹ ਉਹ ਹੋ ਗਿਆ ਫਿਰ ਮਤਲਬ ਉਸ ਹਿਸਾਬ ਨਾਲ ਇਸ ਇੰਡਸਟਰੀ ਦੇ ਵਿੱਚ ਸਟੈਪ ਹੋਇਆ ਮੈਂ ਓਕੇ ਬਹੁਤ ਹੀ ਅਨਯੂਜੁਅਲੀ ਆਪਾਂ ਕਹਿ ਲਈਏ ਕਿ ਅਨਐਕਸਪੈਕਟਿਡ ਜਿਹਾ ਤੁਹਾਡਾ ਸਟਾਰਟ ਸੀਗਾ ਹੈ ਨਾ ਅਤੇ ਫੈਮਿਲੀ ਵੱਲੋਂ ਕੀ ਰਿਐਕਸ਼ਨ ਸੀਗਾ ਵੈਸੇ ਤੁਹਾਡੀ ਫੈਮਿਲੀ ਦਾ ਜੇਕਰ ਆਪਾਂ ਇਨਵਾਇਰਮੈਂਟ ਦੀ ਗੱਲ ਕਰੀਏ ਤਾਂ ਉਹ ਅਕੈਡਮਿਕਸ ਵੱਲ ਨੇ ਜਾਂ ਕਿ ਮਤਲਬ ਕਿ ਫੈਮਿਲੀ ਬੇਸਿਕਲੀ ਬਹੁਤ ਸਪੋਰਟਿਵ ਹੈਗੀ ਹੈ ਉਹਨਾਂ ਨੂੰ ਜਦੋਂ ਮੈਂ ਪਹਿਲਾਂ ਵੀ ਯੂਨੀਵਰਸਿਟੀ ਵੱਲ ਗਿਆ ਸੀ ਉਹ ਵੀ ਮਤਲਬ ਆਪਾਂ ਮਿਊਚੁਅਲ ਡਿਸੀਜਨ ਨਾਲ ਹੀ ਗਏ ਸੀ ਕਿ ਹਾਂ ਬਈ ਇੱਦਾਂ ਕਰਕੇ ਪਹਿਲਾਂ ਇੱਥੇ ਇੰਡੀਆ ਪੜ੍ਹਨਾ ਫਿਰ ਲੰਡਨ ਪੜ੍ਹਨਾ ਫਿਰ ਅਮੈਰੀਕਾ ਜਾਣਾ ਜਾਂ ਇੱਦਾਂ ਉਹਦੇ 'ਚ ਵੀ ਸਪੋਰਟਿਵ ਸੀਗੇ ਫਿਰ ਜਦੋਂ ਮੈਂ ਜੋਬ ਕੀਤੀ ਅਤੇ ਜੋਬ ਛੱਡੀ ਅਤੇ ਉਸ ਤੋਂ ਬਾਅਦ ਜਦੋਂ ਮੈਂ ਇੱਧਰ ਸਵਿਚ ਕਰਨਾ ਸੀ ਉਦੋਂ ਵੀ ਬਹੁਤ ਸਪੋਰਟਿਵ ਸੀ ਸੋ ਉਹਨਾਂ ਨੂੰ ਪਤਾ ਹੈ ਕਿ ਇਹ ਜੋ ਵੀ ਕਰਦਾ ਹੈ ਆਪਣੇ ਮਨ ਨਾਲ ਕਰਦਾ ਹੈ ਖੁਸ਼ ਹੁੰਦਾ ਹੈ ਉਦੋਂ ਕਰਦਾ ਹੈ ਅਤੇ ਉਹਨਾਂ ਨੂੰ ਪਤਾ ਹੈ ਕਿ ਇੰਨਾ ਕੁ ਟਰੱਸਟ ਹੈਗਾ ਮੈਨੂੰ ਮੇਰੇ ਘਰਦਿਆਂ ਦੇ ਅਤੇ ਉਹਨਾਂ ਨੂੰ ਵੀ ਮੇਰੇ 'ਤੇ ਹੈਗਾ ਕਿ ਇਹ ਮੈਂ ਜੋ ਕਰ ਰਿਹਾ ਮੈਂ ਸਹੀ ਕਰੂੰਗਾ ਮਤਲਬ ਆਪਣੇ ਲਈ ਤਾਂ ਹਰ ਕੋਈ ਸਹੀ ਕਰਦਾ ਹੈ ਸੋ ਮੈਨੂੰ ਲੱਗਦਾ ਮੈਂ ਸਹੀ ਸਟੈਪ ਲਿੱਤਾ ਸੀ ਉਦੋਂ ਅਤੇ ਘਰਦੇ ਸਪੋਰਟਿਵ ਨੇ ਉਦੋਂ ਬਹੁਤ ਜ਼ਿਆਦਾ ਓਕੇ ਬਟ ਫਿਰ ਵੀ ਇੱਕ ਹੁੰਦੇ ਨਾ ਸਾਡੇ ਇੰਡੀਅਨ ਪੇਰੈਂਟਸ ਹੁੰਦੇ ਆ ਕਿ ਯਾਰ ਤੂੰ ਥੋੜ੍ਹੀ ਜਿਹੀ ਨਾ ਇਹੋ ਜਿਹੀ ਸੇਫ ਜਾਂ ਸਿਕਿਓਰ ਜੋਬ ਕਰ ਲੈ ਹੈ ਨਾ ਤੇਰੇ ਤਾਂ ਅਮੈਰੀਕਨ ਐਕਸਪ੍ਰੈਸ ਵਿੱਚ ਨੌਕਰੀ ਲੱਗੀ ਹੋਈ ਹੈ ਇਹ ਤੂੰ ਕੀ ਕਰ ਰਹੇ ਕਿਉਂਕਿ ਦੇਖੋ ਜੇਕਰ ਆਪਾਂ ਇੰਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀਏ ਹੈ ਨਾ ਜਿਵੇਂ ਕਿ ਤੁਸੀਂ ਵੀਡੀਓ ਡਾਇਰੈਕਸ਼ਨ ਦੇ ਵਿੱਚ ਹੈਗੇ ਹੋ ਜਾਂ ਫਿਰ
ਐਟ ਸਰਟਨ ਪੁਆਇੰਟ ਹੋ ਸਕਦਾ ਹੈ ਕਿ ਤੁਸੀਂ ਕੰਮ ਦੇ ਵਗੈਰ ਵੀ ਹੋ ਤਾਂ ਘਰ ਦੇ ਅੰਦਰ ਰਹਿੰਦਾ ਹੈ ਨਾ ਕਿ ਵੀ ਤੂੰ ਆਪਣੀ ਇੱਕ ਜੌਬ ਦਾ ਜਿਹੜੀ ਹੈਗੀ ਉਹ ਸਿਕਿਓਰ ਕਰਕੇ ਰੱਖ ਇਹ ਤੋਂ ਟਾਈਮ ਪਾਸ ਲਈ ਕਰੀ ਚੱਲ ਇੱਦਾਂ ਦਾ ਕੁਝ ਨਹੀਂ ਇੱਦਾਂ ਐਕਚੁਅਲੀ ਇਹ ਥਿੰਕਿੰਗ ਨਹੀਂ ਸੀ ਕਰਦੇ ਦੀ ਕਿਉਂਕਿ ਮੈਂ 2011 ਤੋਂ ਟਰੈਵਲ ਕਰ ਰਿਹਾ ਅਬਰੋਡ ਅਮੈਰੀਕਾ ਕੈਨੇਡਾ ਇੰਗਲੈਂਡ ਇੱਧਰ ਉੱਧਰ ਜਾ ਰਿਹਾ ਅਤੇ ਜਿੱਦਾਂ ਜਿੱਦਾਂ ਬੰਦਾ ਬਾਹਰ ਨਿਕਲਦਾ ਆਪਣੀ ਕੰਟਰੀ ਤੋਂ ਉਸ ਹਿਸਾਬ ਨਾਲ ਤੁਹਾਡੀ ਥਿੰਕਿੰਗ ਵਾਈਡ ਹੁੰਦੀ ਜਾਂਦੀ ਹੈ ਫਿਰ ਉੱਦਾਂ ਹੀ ਤੁਸੀਂ ਪੇਰੈਂਟਸ ਨੂੰ ਕਨਵਿੰਸ ਕਰਨ ਦਾ ਤੁਹਾਡਾ ਜਿੱਦਾਂ ਤਰੀਕਾ ਹੁੰਦਾ ਉਹ ਵੀ ਉਹਨਾਂ ਦੀ ਵੀ ਸੋਚ ਉੱਦਾਂ ਹੀ ਬਦਲ ਜਾਂਦੀ ਹੈ ਸੋ ਉਹਨਾਂ ਨੂੰ ਪਤਾ ਸੀਗਾ ਕਿ ਹਾਂ ਵੀ ਇਹ ਮਤਲਬ ਆਪਾਂ ਜੋਬ ਤਾਂ ਇਸ ਟਾਈਮ ਕਰ ਰਿਹਾ ਬਟ ਮੈਂ ਖੁਸ਼ ਨਹੀਂ ਸੀਗਾ ਮੈਂ 9 to 5 ਜੋਬ ਜਾਂਦਾ ਸੀ ਪਰ ਮੈਂ ਖੁਸ਼ ਨਹੀਂ ਸੀ ਜ਼ਿਆਦਾ ਫਿਰ ਜਦੋਂ ਮੇਰਾ ਇੱਧਰ ਇੰਟਰਸਟ ਵੱਧਦਾ ਰਿਹਾ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜ਼ਿਆਦਾ ਖੁਸ਼ ਨਹੀਂ ਹੈਗਾ ਬਟ ਜਿੱਦਾਂ ਤੁਸੀਂ ਕਿਹਾ ਸੀਗਾ ਕਿ ਆਪਾਂ MBA ਕਰਨੀ ਹੈ ਉਸ ਤੋਂ ਬਾਅਦ ਜੋਬ ਕਰਨੀ ਹੈ ਮੈਂ ਕਿਹਾ ਮੈਂ ਉਹ ਸਭ ਕੀਤਾ ਆ ਇਸ ਤੋਂ ਬਾਅਦ ਹੁਣ ਮੈਂ ਥੋੜ੍ਹਾ ਆਪਣਾ ਡਿਸੀਜਨ ਲੈ ਕੇ ਮੈਂ ਆਪਣੇ ਆਪ ਕਰਨਾ ਚਾਹੁੰਦਾ ਕੁਛ ਕਿ ਤਾਂ ਕਿ ਮੈਨੂੰ ਮਤਲਬ ਅੱਗੇ ਹੋਰ ਓਪਰਚੁਨਿਟੀਜ਼ ਵਧਣ ਅਤੇ ਪਲੱਸ ਇੱਦਾਂ ਵੀ ਹੈਗਾ ਕਿ ਜਦੋਂ ਮੈਂ ਮਾਸਟਰਸ ਕਰ ਰਿਹਾ ਸੀਗਾ ਉਦੋਂ ਮੇਰਾ ਲੌਂਗ ਟਰਮ ਗੋਲ ਇਹੀ ਸੀਗਾ ਕਿ ਮੈਂ US ਜਾ ਕੇ ਸੈਟਲ ਹੋਣਾ ਸੋ ਉੱਥੇ ਵੀ ਜਿਹੜਾ ਆਪਾਂ ਜੋਬ ਕ੍ਰਾਈਟੀਰੀਆ ਹੁੰਦਾ ਉੱਥੇ ਮਿਨੀਮਮ 3 ਸਾਲ ਦਾ ਐਕਸਪੀਰੀਅੰਸ ਹੁੰਦਾ ਵਰਕ ਐਕਸਪੀਰੀਅੰਸ ਸੋ ਮੈਂ ਉਹ ਜਿਹੜੀ ਜੋਬ ਦਾ ਟੈਨਿਓਰ ਪੂਰਾ ਕੀਤਾ ਆ ਉਹ ਵੀ 3.5 ਸਾਲ ਮੈਂ ਉਹੀ ਮਤਲਬ ਮਾਇੰਡ 'ਚ ਸੈੱਟ ਕਰਕੇ ਰੱਖਿਆ ਕਿ ਹਾਂ ਵੀ ਉਹ ਮੇਰੀ ਬੇਸਿਕ ਮਿਨੀਮਮ ਰਿਕੁਆਇਰਮੈਂਟ ਹੈ ਜੋ ਕਿ ਮੈਂ ਫੁਲਫਿਲ ਕੀਤੀ ਹੋਈ ਹੈ ਕੱਲ੍ਹ ਨੂੰ ਜਦੋਂ ਮੈਂ ਜਾ ਕੇ ਕਿਤੇ US ਜਾਂਦਾ ਜਾਂ ਮੈਂ ਜੋਬ ਕਰਦਾ ਜਾਂ ਕੁਛ ਉਹ ਮੇਰੇ ਕੋਲ ਮੇਰਾ ਇੱਕ ਟੈਲੈਂਟ ਅਤੇ ਕ੍ਰਾਈਟੀਰੀਆ ਮੇਰਾ ਫੁਲਫਿਲ ਹੁੰਦਾ ਉਹ ਸਿਰਫ ਮੈਂ ਜੋਬ ਤਾਂ ਕੀਤੀ ਹੋਈ ਸੀ ਫਿਰ ਮੈਂ ਆਪਣੇ ਆਪ ਨੂੰ ਮਤਲਬ ਕਰਦਾ ਸੀ ਕਿ ਓਕੇ ਕੋਈ ਨਹੀਂ ਥੋੜ੍ਹਾ ਟਾਈਮ ਰਹਿ ਗਿਆ ਥੋੜ੍ਹਾ ਟਾਈਮ ਰਹਿ ਗਿਆ ਸੋ ਜਦੋਂ 3.5 ਸਾਲ ਪੂਰੇ ਹੋਏ ਫਿਰ ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਸ਼ਾਇਦ ਹੁਣ ਛੱਡ ਦਿੰਦਾ ਅਤੇ ਮੈਂ ਇੱਧਰ ਇੰਟਰਸਟ ਵਧਾਉਣਾ ਥੋੜ੍ਹਾ ਜਿਹਾ ਬੈਕਅਪ ਪਲਾਨ ਦਾ ਤੁਸੀਂ ਲੈ ਕੇ ਚੱਲ ਰਹੇ ਸੀ ਬੈਕਅਪ ਪਲਾਨ ਤੁਹਾਨੂੰ ਪਤਾ ਫਿਰ ਜ਼ਰੂਰੀ ਹੁੰਦਾ ਬਿਲਕੁਲ ਬਿਲਕੁਲ ਸੋ ਹੁਣ ਖੁਸ਼ ਹੈਗੇ ਹੋ ਇੰਨਾ ਟਾਈਮ ਤੁਸੀਂ ਇੰਡਸਟਰੀ ਦੇ ਵਿੱਚ ਜਿੰਨਾ ਕੁ ਵੀ ਕੰਮ ਕੀਤਾ ਹੈ ਸੋ ਨਾਓ ਆਰ ਯੂ ਹੈਪੀ ਨਹੀਂ ਨਹੀਂ ਬਹੁਤ ਵਧੀਆ ਚੱਲਦਾ ਪਿਆ ਬਾਬਾ ਜੀ ਦੀ ਕਿਰਪਾ ਨਾਲ ਚਲੋ ਬਹੁਤ ਵਧੀਆ ਚੱਲ ਰਿਹਾ ਐਕਚੁਅਲੀ ਹੁਣ ਆਪਣੇ ਕੋਲ ਵਿਜ਼ਨ ਹੈਗਾ ਕਿ ਆਪਾਂ ਇਹ ਕਰਨਾ ਇਹ ਨਹੀਂ ਕਰਨਾ ਸੋ ਉੱਦਾਂ ਹੀ ਕਰ ਰਹੇ ਹਾਂ ਸੋ ਲੁਕਿੰਗ ਬੈਕ ਐਟ ਯੋਰ ਕਰੀਅਰ ਗ੍ਰਾਫ ਡੂ ਯੂ ਰਿਮੈਂਬਰ ਯੋਰ ਫਸਟ ਸੌਂਗ ਜਿਹੜਾ ਕਿ ਤੁਸੀਂ ਡਾਇਰੈਕਟ ਕੀਤਾ ਸੀ ਪਹਿਲੀ ਵਾਰੀ ਉਹ ਜ਼ਰੂਰੀ ਨਹੀਂ ਹੈਗਾ ਕਿ ਅਫੀਸ਼ੀਅਲ ਹੋਇਆ ਹੋਏ ਰਿਲੀਜ਼ ਜਾਂ ਨਹੀਂ ਫਸਟ ਸੌਂਗ ਹੀ ਆਪਣਾ ਅਫੀਸ਼ੀਅਲੀ ਰਿਲੀਜ਼ ਹੋਇਆ ਸੀਗਾ ਫਸਟ ਸੌਂਗ ਮੈਂ ਕੀਤਾ ਸੀਗਾ ਅਖਿਲੇਸ਼ ਨਾਗਰ ਦਾ ਤੇ ਉਹਦੇ 'ਚ ਸ਼ਹਿਨਾਜ਼ ਗਿੱਲ ਦੀ ਫੀਚਰਿੰਗ ਹੈ ਯੈਸ ਯੈਸ ਤੇ ਵਾਈਟ ਹਿਲ ਤੋਂ ਗਾਣਾ ਆਇਆ ਸੀਗਾ ਯੈਸ ਐਲੀ ਮੰਗੜ ਦੇ ਨਾਲ ਨਹੀਂ ਅਖਿਲੇਸ਼ ਨਾਗਰ ਸਿੰਗਰ ਹੈ ਹਾਂ ਜਿਹੜਾ ਉਹ ਤੁਸੀਂ ਗੱਲ ਕਰ ਰਹੇ ਹੋ ਉਹ ਓਪਨ ਹੈਡ ਸੀਗਾ ਓਪਨ ਉਸ ਤੋਂ ਬਾਅਦ ਆਇਆ ਸੀ ਹਾਂਜੀ ਜਿੱਦਾਂ ਤੁਸੀਂ ਕਿਹਾ ਪਹਿਲਾ ਗਾਣਾ ਪਹਿਲਾ ਗਾਣਾ ਆਪਣਾ ਅਖਿਲੇਸ਼ ਨਾਗਰ ਨਾਲ ਸੀਗਾ ਸ਼ਹਿਨਾਜ਼ ਗਿੱਲ ਦੇ ਨਾਲ ਚੰਨ ਗਾਣੇ ਦਾ ਨਾਮ ਸੀ ਹਾਂਜੀ ਹਾਂਜੀ 2018 ਦੇ ਵਿੱਚ ਆਇਆ ਸੀ ਉਹ ਵਾਈਟ ਹਿਲ ਤੋਂ ਆਇਆ ਸੀ ਸੋ ਆਪਣਾ ਪਹਿਲਾ ਗਾਣਾ ਸੀ ਉਸ ਗਾਣੇ ਤੇ ਵੀ ਮਤਲਬ ਕਾਫੀ ਵਧੀਆ ਰਿਸਪੌਂਸ ਸੀਗਾ ਆਲਮੋਸਟ 4-5 ਮਿਲੀਅਨ ਤੇ ਆ ਗਾਣਾ ਉਹ ਵੀ ਸੋ ਆਪਣੀ ਸ਼ੁਰੂਆਤ ਉਸ ਗਾਣੇ ਤੋਂ ਹੋਈ ਹੈ ਸੋ ਉਹ ਤੁਹਾਡੇ ਤੱਕ ਕਿੱਦਾਂ ਪਹੁੰਚਿਆ ਸੀ ਕਿਉਂਕਿ ਇੰਡਸਟਰੀ ਦੇ ਵਿੱਚ ਬਹੁਤ ਇੱਕ ਮਤਲਬ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਕਿ ਤੁਹਾਡੇ ਤੱਕ ਕੋਈ ਪ੍ਰੋਜੈਕਟ ਆਏ ਫਿਰ ਉਹ ਰਿਲੀਜ਼ ਹੋਏ ਵਧੀਆ ਰਿਸਪੌਂਸ ਮਿਲਿਆ ਤਾਂ ਬਹੁਤ ਅੱਗੇ ਦੀ ਗੱਲ ਹੈ ਐਕਚੁਅਲੀ ਕਿ ਜਿਹੜਾ ਸਿੰਗਰ ਹੈ ਮੁੰਡਾ ਉਹ ਵੀ ਜਲੰਧਰ ਤੋਂ ਹੀ ਹੈ ਸੋ ਮੈਂ ਵੀ ਜਲੰਧਰ ਤੋਂ ਹਾਂ ਬੇਸਿਕਲੀ ਹੋਮ ਟਾਊਨ ਸੋ ਉਹ ਮਤਲਬ ਮਿਊਚੁਅਲ ਫਰੈਂਡ ਸੀਗੇ ਵਿੱਚ ਉਹ ਕਹਿੰਦੇ ਸੀਗੇ ਕਿ ਮਤਲਬ ਇੱਦਾਂ ਡਾਇਰੈਕਸ਼ਨ ਆਪਾਂ ਕਰਦੇ ਹਾਂ ਅਤੇ ਉਹ ਕਹਿੰਦੇ ਸੀ ਭਾਈ ਸਿੰਗਰ ਨੇ ਸੋ ਉਹਨਾਂ ਨੇ ਸਾਡੀ ਮੀਟਿੰਗ ਕਰਾਈ ਫਿਰ ਆਪਾਂ ਫਿਕਸ ਕੀਤਾ ਫਿਰ ਆਪਾਂ ਸ਼ੂਟ ਰੱਖਿਆ ਫਿਰ ਇੱਦਾਂ ਮਤਲਬ ਅੱਗੇ ਪ੍ਰੋਸੈਸ ਹੋਇਆ ਸੋ ਜੇਕਰ ਮੈਂ ਤੁਹਾਨੂੰ ਪੁੱਛਣਾ ਹੋਵੇ ਦੇਖੋ ਤੁਹਾਡੇ ਲਈ ਜਿੰਨੇ ਵੀ ਤੁਹਾਡੇ ਪ੍ਰੋਜੈਕਟਸ ਨੇ ਸਾਰੇ ਸਪੈਸ਼ਲ ਰਹੇ ਹੋਣਗੇ ਤੁਸੀਂ ਉਸ ਨੂੰ ਬਹੁਤ ਹੀ ਬੈਸਟ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਹੋਵੇਗਾ ਲੇਕਿਨ ਆਡੀਅੰਸ ਉਸ ਤਰੀਕੇ ਨਾਲ ਨਹੀਂ ਉਸ ਨੂੰ ਐਕਸੈਪਟ ਕਰਦੀ ਹੈ ਜਿੱਦਾਂ ਤੁਸੀਂ ਪੇਸ਼ ਕਰਦੇ ਹੋ ਸੋ ਜੇ ਮੈਂ ਤੁਹਾਨੂੰ ਪੁੱਛਾਂ ਕਿ ਇਹ ਵਾਲਾ ਸੌਂਗ ਹੈਗਾ ਜਿਹੜਾ ਕਿ ਤੁਸੀਂ ਮੰਨਦੇ ਹੋ ਕਿ ਇਹ ਵਾਈਡਲੀ ਐਕਸੈਪਟ ਹੋਇਆ ਤੇ ਇਹ ਇਹੋ ਜਿਹਾ ਸੌਂਗ ਸੀਗਾ ਜਿਸ ਤੋਂ ਬਾਅਦ ਮੈਨੂੰ ਹੋਰ ਵੀ ਪ੍ਰੋਜੈਕਟਸ ਮਿਲ ਗਏ ਸਕਸੈਸਫੁਲ ਜਿਸ ਨੂੰ ਕਿਹਾ ਜਾਂਦਾ ਹੈ ਮਤਲਬ ਕਿ ਬਹੁਤ ਹੀ ਜ਼ਿਆਦਾ ਪਾਪੂਲਰ ਹੋ ਗਿਆ ਜਿਸ ਤੋਂ ਬਾਅਦ ਤੁਹਾਡੇ ਤੱਕ ਹੋਰ ਵੀ ਪ੍ਰੋਜੈਕਟਸ ਆਏ ਨੇ ਸੋ ਇਹਦੇ ਵਿੱਚ ਨਾ ਬੇਸਿਕਲੀ ਇੱਕ ਸੈਟਅਪ ਹੁੰਦਾ ਜੀ ਮਾਈਂਡ ਸੈਟਅਪ ਕਿ ਤੁਸੀਂ ਕਿਹੜੇ ਮਾਈਂਡ ਸੈਟਅਪ ਨਾਲ ਸੋਚਦੇ ਹੋ ਜਦੋਂ ਆਪਾਂ ਪ੍ਰੋਜੈਕਟ ਕਰਦੇ ਹਾਂ ਹੁਣ ਕਈ ਵਾਰੀ ਇੱਦਾਂ ਹੁੰਦਾ ਕਿ ਇਹ ਖਾਸ ਕਰਕੇ ਯੂਥ ਆਡੀਅੰਸ ਨੂੰ ਪਸੰਦ ਆਊਗਾ ਖਾਸ ਕਰਕੇ ਮਿਡਲ ਏਜ ਵਾਲਿਆਂ ਨੂੰ ਆਊਗਾ ਖਾਸ ਕਰਕੇ ਕਾਲਜ ਵਾਲਿਆਂ ਨੂੰ ਆਊਗਾ ਸੋ ਹਰ ਇੱਕ ਗਾਣੇ ਦਾ ਜੋਨਰ ਹੁੰਦਾ ਸੋ ਮੇਰਾ ਤਕਰੀਬਨ ਮੈਨੂੰ ਇੱਦਾਂ ਲੱਗਦਾ ਕਿ ਜਿਹੜੇ ਵੀ ਗਾਣੇ ਆਪਾਂ ਕੀਤੇ ਨੇ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਸਾਰੇ ਆਪਣੇ ਵੱਲੋਂ 100% ਹੀ ਕੀਤੇ ਨੇ ਅਤੇ ਇੱਕ ਗਾਣਾ ਜਿਹੜਾ ਓਪਨ ਹੈਡ ਹੈ ਐਲੀ ਮੰਗੜ ਬਾਈ ਦਾ ਅਤੇ ਨਾਲ ਸ਼ਹਿਨਾਜ਼ ਗਿੱਲ ਦੀ ਉਹਦੇ 'ਚ ਫੀਚਰਿੰਗ ਹੈ ਉਸ ਗਾਣੇ ਤੋਂ ਬਾਅਦ ਥੋੜ੍ਹਾ ਜਿਹਾ ਆਪਣਾ ਮਤਲਬ ਵਧੀਆ ਥੋੜ੍ਹਾ ਸਾਰਿਆਂ ਨੂੰ ਪਤਾ ਲੱਗਾ ਸੀਗਾ ਕਿ ਹਾਂ ਬਈ ਇੱਦਾਂ ਮਤਲਬ ਆਪਾਂ ਕੰਮ ਕਰ ਰਹੇ ਹਾਂ ਸੋ ਗਾਣੇ ਤੋਂ ਉਸ ਤੋਂ ਪਹਿਲਾਂ ਵੀ ਕੀਤੇ ਆ ਗਾਣਿਆਂ ਦੀ ਰਿਸਪੌਂਸ ਉਸ ਤੋਂ ਵੀ ਵਧੀਆ ਗਈ ਹੈ ਬਟ ਇੱਕ ਉਹ ਹੁੰਦਾ ਨਾ ਕਿ ਪਹਿਲਾਂ ਤੁਹਾਡੀ ਆਡੀਅੰਸ ਥੋੜ੍ਹੀ ਜਿਹੀ 10% ਜਾਂਦੀ ਹੈ ਫਿਰ 20% ਫਿਰ 30 ਫਿਰ ਅੱਗੇ ਤੋਂ ਅੱਗੇ ਇੱਦਾਂ ਮਤਲਬ ਉਹ ਗ੍ਰਾਫ ਥੋੜ੍ਹਾ ਜਿਹਾ ਇਨਕਰੀਜ਼ ਮੈਨੂੰ ਲੱਗਾ ਓਪਨ ਹੈਡ ਤੋਂ ਬਾਅਦ ਥੋੜ੍ਹਾ ਜ਼ਿਆਦਾ ਰੀਚ ਹੋਇਆ ਹੁਣ ਇੰਨਾ ਕੁ ਕੰਮ ਕਰਕੇ ਡੂ ਯੂ ਹੈਵ ਅ ਕਾਊਂਟ ਕਿ ਕਿੰਨੇ ਕੁ ਗਾਣੇ ਤੁਸੀਂ ਹੁਣ ਤੱਕ ਡਾਇਰੈਕਟ ਕਰ ਲਏ ਹੋਣਗੇ ਗਾਣੇ ਤਾਂ ਆਲਮੋਸਟ ਮੈਨੂੰ ਲੱਗਦਾ ਹੁਣ ਜਿਹੜੇ ਕੀਤੇ ਹੋਏ ਨੇ
ਹੈਗੇ ਨੇ ਹੁਣ ਪ੍ਰੋਜੈਕਟ ਵਗੈਰਾ ਆਈ ਜਾਂਦੇ ਨੇ ਸੋ ਦੇਖੋ ਬੀਇੰਗ ਅ ਮਿਊਜ਼ਿਕ ਵੀਡੀਓ ਡਾਇਰੈਕਟਰ ਹੈ ਨਾ ਤੁਹਾਡਾ ਵੀ ਕੁਝ ਤਾਂ ਵਿਜ਼ਨ ਹੁੰਦਾ ਹੈ ਕਿ ਦਿਸ ਪ੍ਰੋਜੈਕਟ ਇਜ਼ ਸਕਸੈਸਫੁਲ ਉਹਦੇ ਕੀ ਮਾਇਨੇ ਰਹਿੰਦੇ ਕਿਉਂਕਿ ਦੇਖੋ ਜੇਕਰ ਆਪਾਂ ਸਿੰਗਰ ਜਾਂ ਲਿਰਿਸਿਸਟ ਦੀ ਗੱਲ ਕਰੀਏ ਉਹ ਨੰਬਰਸ ਤੇ ਚੱਲਦੇ ਨੇ ਹੈ ਨਾ ਕਿ ਇੰਨਾ ਸਿਰਫ ਆਪਾਂ ਜੇਕਰ ਸਿੰਗਰ ਦੀ ਗੱਲ ਕਰੀਏ ਤਾਂ ਉਹ ਇਸ ਤੇ ਚੱਲਦੇ ਨੇ ਕਿ ਗਾਣੇ ਦੇ ਇੰਨੇ ਵਿਊ ਹੋ ਗਏ ਮਤਲਬ ਗਾਣਾ ਹਿੱਟ ਹੈਗਾ ਜਾਂ ਫਿਰ ਅੱਜ ਕੱਲ੍ਹ ਤਾਂ ਰੀਲ ਕਲਚਰ ਹੋ ਗਿਆ ਹੋਇਆ ਤੇ ਰੀਲ ਤੇ ਟ੍ਰੈਂਡ ਕਰ ਰਿਹਾ ਦੈਟ ਮੀਨਸ ਇਟਸ ਅ ਸੁਪਰ ਹਿੱਟ ਸੌਂਗ ਹੈ ਨਾ ਲੇਕਿਨ ਵੀਡੀਓ ਡਾਇਰੈਕਸ਼ਨ ਦੇ ਤੌਰ ਤੇ ਹੁਣ ਭਾਵੇਂ ਆਪਾਂ ਇੰਡਸਟਰੀ ਦੀ ਹੀ ਗੱਲ ਕਰ ਲਈਏ ਕਿ ਲੋਕ ਤੁਹਾਨੂੰ ਤਾਂ ਮੰਨਦੇ ਨੇ ਕਿ ਇਸ ਦਾ ਕੰਮ ਵਧੀਆ ਹੈਗਾ ਉਹ ਕੀ ਮਤਲਬ ਡਾਇਮੈਂਸ਼ਨਸ ਹੈਗੀਆਂ ਕਿ ਇਹ ਇਹ ਚੀਜ਼ਾਂ ਹੈਗੀਆਂ ਨੇ ਤਾਂ ਕਰਕੇ ਇਹ ਕੰਮ ਵਧੀਆ ਕਿਵੇਂ ਤੁਸੀਂ ਮਤਲਬ ਕੀ ਪੈਰਾਮੀਟਰਸ ਨੇ ਬੇਸਿਕਲੀ ਡਾਇਮੈਂਸ਼ਨਸ ਮੇਰੇ ਜਿੱਥੋਂ ਤੱਕ ਮੇਰੀ ਥਿੰਕਿੰਗ ਹੈ ਮੈਨੂੰ ਤਾਂ ਇਹ ਲੱਗਦਾ ਕਿ ਇਹਦੇ ਵਿੱਚ ਦੋ ਫੈਕਟਰ ਇਨਵੋਲਵ ਹੁੰਦੇ ਇੱਕ ਤਾਂ ਐਕਸਪੀਰੀਅੰਸ ਤੇ ਦੂਸਰਾ ਹੁੰਦਾ ਬਜਟ ਜਿਹੜੇ ਵੀ ਵੀਡੀਓ ਡਾਇਰੈਕਟਰ ਕੋਲ ਜਿੰਨਾ ਜ਼ਿਆਦਾ ਐਕਸਪੀਰੀਅੰਸ ਹੁੰਦਾ ਆ ਉਹਨਾਂ ਦਾ ਕੰਮ ਉਨਾ ਹੀ ਵਧੀਆ ਹੁੰਦਾ ਆ ਜਿਹਦੇ ਹੀ ਵੀਡੀਓ ਡਾਇਰੈਕਟਰ ਕੋਲ ਜਿੰਨਾ ਜ਼ਿਆਦਾ ਬਜਟ ਹੋਊਗਾ ਉਹ ਉਨਾ ਜ਼ਿਆਦਾ ਚੀਜ਼ਾਂ ਗਾਣੇ ਦੇ ਵਿੱਚ ਇਨਵੋਲਵ ਕਰਕੇ ਗਾਣੇ ਨੂੰ ਵੱਡਾ ਬਣਾ ਸਕਦਾ ਹੈ ਹੁਣ ਜਿਹਦੇ ਕੋਲ ਘੱਟ ਐਕਸਪੀਰੀਅੰਸ ਆ ਉਹ ਓਬਵੀਅਸਲੀ ਉਹ ਥੋੜ੍ਹਾ ਘੱਟ ਗਾਣਾ ਜਾਊਗਾ ਕਿਉਂਕਿ ਗਲਤੀਆਂ ਹੁੰਦੀਆਂ ਨੇ ਮਤਲਬ ਹੌਲੀ ਹੌਲੀ ਬੰਦਾ ਸਿੱਖਦਾ ਅਤੇ ਬਜਟ ਜਿਹੜਾ ਮੈਂ ਸੈਕਿੰਡ ਪੁਆਇੰਟ ਦੱਸਿਆ ਉਹ ਵੀ ਜਿਹਦੇ ਕੋਲ ਘੱਟ ਹੋਵੇ ਉਹ ਫਿਰ ਲਿਮਿਟਡ ਚੀਜ਼ਾਂ ਦਿਖਾ ਸਕਦਾ ਗਾਣੇ 'ਚ ਬੇਸਿਕਲੀ ਇਹ ਹੁੰਦਾ ਕਿ ਜੇ ਆਪਾਂ ਕੋਲ ਦੋਵੇਂ ਚੀਜ਼ਾਂ ਹੈਗੀਆਂ ਨੇ ਫਿਰ ਆਪਣਾ ਗ੍ਰਾਫ ਥੋੜ੍ਹਾ ਵਧੀਆ ਤੁਰ ਸਕਦਾ ਮੇਰੇ ਲਈ ਆਹ ਦੋ ਚੀਜ਼ਾਂ ਨੇ ਜੋ ਮੈਨੂੰ ਲੱਗਦਾ ਹੈ ਕਿ ਇੱਕ ਐਕਸਪੀਰੀਅੰਸ ਤੇ ਦੂਜਾ ਬਜਟ ਸੋ ਬਜਟ ਦੀ ਤੁਸੀਂ ਗੱਲ ਕਰ ਰਹੇ ਹੋ ਫਿਰ ਇਨ ਦੈਟ ਕੇਸ ਤੁਹਾਡੇ ਲਈ ਕੈਮਰਾ ਮੈਟਰ ਕਰਦਾ ਹੈ ਕਿ ਕਿਹੋ ਜਿਹੇ ਤੁਸੀਂ ਕੈਮਰਾ ਦੇ ਨਾਲ ਸ਼ੂਟ ਕਰ ਰਹੇ ਹੋ ਉਹੀ ਤੁਹਾਨੂੰ ਮੈਂ ਦੱਸਿਆ ਕਿ ਲੈਟਸ ਸਪੋਜ਼ ਉਹਦੇ ਵਿੱਚ ਵੀ ਬਜਟ ਇਨਵੋਲਵ ਹੁੰਦਾ ਹੁਣ ਲੈਟਸ ਸਪੋਜ਼ ਜੇ ਮੈਂ ਥੱਲੇ ਤੋਂ ਸ਼ੁਰੂਆਤ ਕਰਦਾ ਤੇ ਜੇ ਕੋਈ ਕਵੇ ਕਿ ਹਾਂ ਜੀ 50,000 ਦਾ ਗਾਣਾ ਕਰਨਾ ਜੀ ਆਪਾਂ ਠੀਕ ਹੈ ਉਸ ਦੇ ਵਿੱਚ ਕੈਮਰਾ ਓਬਵੀਅਸਲੀ ਜਦੋਂ ਤੁਸੀਂ 50,000 ਤੁਹਾਡੇ ਦਿਮਾਗ 'ਚ ਆਉਣਾ ਤੁਹਾਨੂੰ ਪਤਾ ਲੱਗ ਜਾਣਾ ਕਿ ਹਾਂ ਬਈ ਕੀ ਕਰਾਂਗਾ ਮੈਂ ਲੱਖ ਦੇ ਗਾਣੇ 'ਚ ਕੀ ਕਰਨਾ ਆ 5,00,000 ਦੇ ਗਾਣੇ 'ਚ ਕੀ ਕਰਨਾ 10,00,000 ਦੇ ਗਾਣੇ 'ਚ ਕੀ ਕਰਨਾ ਸੋ ਬਜਟ ਟੂ ਬਜਟ ਹੀ ਉੱਪਰ ਜਾਂਦਾ ਕੈਮਰੇ ਦੀ ਰਿਕੁਆਇਰਮੈਂਟ ਥੱਲੋਂ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਤੁਹਾਨੂੰ ਪਤਾ ਉੱਪਰ ਤੱਕ ਜਾਂਦੀ ਹੈ ਦੈਟ ਟੂ ਡਿਪੈਂਡਸ ਔਨ ਦ ਬਜਟ ਇਹ ਮੇਰਾ ਪਰਪਸ ਕਿਉਂ ਸੀਗਾ ਤੁਹਾਨੂੰ ਪੁੱਛਣ ਦਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਨਾ ਐਕਚੁਅਲੀ ਇੱਕ ਗਾਣਾ ਹੈ ਹੌਰਨ ਬਲੋ ਆਫ ਕੋਰਸ ਤੁਸੀਂ ਦੇਖਿਆ ਹੋਏਗਾ ਸੁਣਿਆ ਹੋਏਗਾ ਕਾਫੀ ਜ਼ਿਆਦਾ ਸੁਪਰ ਹਿੱਟ ਸੌਂਗ ਰਿਹਾ ਹੈ ਨਾ ਹਾਡੀ ਸੰਧੂ ਦਾ ਤੇ ਉਸ ਦੇ ਵਿੱਚ ਨਾ ਜਿਹੜਾ ਉਹਨਾਂ ਨੇ ਸ਼ੂਟ ਕਰਨ ਦਾ ਤਰੀਕਾ ਹੈਗਾ ਹੈ ਉਹ ਆਈ ਐਮ ਸ਼ੋਰ ਕਿ ਤੁਹਾਨੂੰ ਵੀ ਵੀਡੀਓ ਪਸੰਦ ਆਈ ਹੋਏਗੀ ਕਿਉਂਕਿ ਉਹ ਬਹੁਤ ਹੀ ਲੋਕਲ ਲੋਕੇਸ਼ਨਸ ਦੇ ਵਿੱਚ ਉਹਨਾਂ ਨੇ ਜਾ ਕੇ ਸ਼ੂਟ ਕੀਤਾ ਲੇਕਿਨ ਉਹ ਇੰਨਾ ਰਿਚ ਲੱਗਦਾ ਹੈ ਫਰੇਮ ਕਿ ਇੱਦਾਂ ਲੱਗਦਾ ਕਿ ਪਤਾ ਨਹੀਂ ਕਿੱਥੇ ਐਬਰੋਡ ਸ਼ੂਟ ਹੋਇਆ ਜਾਂ ਪਤਾ ਨਹੀਂ ਉਹਨਾਂ ਨੇ ਕੀ ਕੁਛ ਦਿਖਾਤਾ ਸੋ ਉਹ ਕਹਿੰਦੇ ਕਿ ਵਿਜ਼ਨ ਸੀਗਾ ਜਾਂ ਕੀ ਸੀਗਾ ਉਹ ਇਸ ਕਰਕੇ ਮੈਂ ਤੁਹਾਨੂੰ ਪੁੱਛ ਰਹੀ ਹਾਂ ਕਿ ਇਜ਼ ਇਟ ਜਸਟ ਦੀ ਕੈਮਰਾ ਜਾਂ ਵਿਜ਼ਨ ਜਾਂ ਕੀ ਕੁਝ ਹੁੰਦਾ ਹੈ ਮੈਂ ਤੁਹਾਨੂੰ ਉਹੀ ਚੀਜ਼ ਦੱਸਿਆ ਨਾ ਜਿਹੜੇ ਵੀ ਮੈਂ ਤੁਹਾਨੂੰ ਦੋ ਪੁਆਇੰਟ ਦੱਸੇ ਆ ਉਹ ਮੈਂ ਬਹੁਤ ਹੀ ਮਤਲਬ ਜ਼ਿਆਦਾ ਸੋਚ ਕੇ ਤੁਹਾਨੂੰ ਦੱਸਿਆ ਕਿ ਹਾਂ ਬਈ ਇਹ ਦੋ ਪੁਆਇੰਟ ਦੇ ਵਿੱਚ ਡਿਪੈਂਡ ਕਰਦਾ ਹੁਣ ਉਹ ਦੋ ਪੁਆਇੰਟ ਨੇ ਐਕਸਪੀਰੀਅੰਸ ਤੇ ਬਜਟ ਐਕਸਪੀਰੀਅੰਸ ਹੁਣ ਜੇ ਤੁਸੀਂ ਜਿਹੜੀ ਵੀਡੀਓ ਹੌਰਨ ਬਲੋ ਦੀ ਗੱਲ ਕਰ ਰਹੇ ਹੋ ਅਰਵਿੰਦਰ ਖਹਿਰਾ ਭਾਈ ਨੇ ਕੀਤੀ ਹੈ ਹਨਾ ਤੇ ਉਹਨਾਂ ਕੋਲ ਐਕਸਪੀਰੀਅੰਸ ਬਹੁਤ ਵਧੀਆ ਆ ਤੇ ਬਜਟ ਮੇਰੇ ਖਿਆਲ ਗਾਣਾ ਸੋਨੀ ਤੋਂ ਆਇਆ ਸ਼ਾਇਦ ਤੇ ਜਿੱਦਾਂ ਹਨਾ ਲੇਬਲ ਉਹਨਾਂ ਦੇ ਤੋਂ ਆਇਆ ਸੋ ਬਜਟ ਉਹਦੇ ਵਿੱਚ ਵੀ ਹੈਗਾ ਸੋ ਉਹੀ ਚੀਜ਼ ਹੈ ਜਿੰਨਾ ਜ਼ਿਆਦਾ ਬਜਟ ਉਨਾ ਜ਼ਿਆਦਾ ਵੱਡੀ ਚੀਜ਼ ਆਪਾਂ ਦਿਖਾ ਸਕਦੇ ਹਾਂ ਉਹੀ ਤੁਹਾਨੂੰ ਦੱਸਿਆ ਕਿ ਉਹ ਮੇਨ ਫੈਕਟਰ ਆ ਬਜਟ ਸੋ ਨਵੀਂ ਜੀ ਮੈਂ ਤੁਹਾਨੂੰ ਪੁੱਛਾਂ ਹੈ ਨਾ ਹਰੇਕ ਗਾਣਾ ਅਲੱਗ ਹੁੰਦਾ ਹੈ ਆਪਣੇ ਆਪ ਤੋਂ ਲੇਕਿਨ ਕਈ ਵਾਰੀ ਕੀ ਹੁੰਦਾ ਹੈ ਜੋਨਰ ਸੇਮ ਹੁੰਦਾ ਹੈ ਕੋਈ ਚੱਕਵਾਂ ਜਿਹਾ ਗਾਣਾ ਹੈਗਾ ਜਾਂ ਫਿਰ ਕੋਈ ਰੋਮਾਂਟਿਕ ਹੈਗਾ ਔਰ ਤੁਹਾਡੇ ਉੱਤੇ ਇੰਨਾ ਕੁ ਪ੍ਰੈਸ਼ਰ ਤਾਂ ਹੁੰਦਾ ਹੈ ਕਿ ਤੁਸੀਂ ਹਰ ਵਾਰੀ ਕੁਝ ਨਵਾਂ ਲੈ ਕੇ ਆਉਣਾ ਸੋ ਉਹ ਕ੍ਰੀਏਟੀਵਿਟੀ ਤੁਸੀਂ ਕਿੱਥੋਂ ਦੀ ਲੈ ਕੇ ਆਉਂਦੇ ਹੋ ਮਤਲਬ ਵਾਟ ਇਜ਼ ਯੋਰ ਥੋਟ ਪ੍ਰੋਸੈਸ ਸੋ ਕ੍ਰੀਏਟੀਵਿਟੀ ਬੇਸਿਕਲੀ ਇੱਦਾਂ ਹੁੰਦਾ ਕਿ ਪਹਿਲਾਂ ਜਦੋਂ ਵੀ ਗਾਣਾ ਆਉਂਦਾ ਆਪਣੇ ਕੋਲ ਹਨਾ ਉਹ ਗਾਣਾ ਸੁਣੀ ਦਾ 2-4 ਵਾਰੀ ਜਾਂ ਕੋਈ ਲਾਗੇ ਬੈਠਾ ਹੋਵੇ ਕੋਈ ਫਰੈਂਡ ਵਗੈਰਾ ਜਾਂ ਇੱਦਾਂ ਹਨਾ ਉਹਨਾਂ ਨੂੰ ਵੀ ਸੁਣਾਈਦਾ 1-2 ਵਾਰੀ ਸੋ ਬੇਸਿਕਲੀ ਜਿਹੜਾ ਵੀ ਗਾਣਾ ਪਹਿਲੀ ਆਪਾਂ 2-4 ਵਾਰੀ ਸੁਣਦੇ ਹਾਂ ਉਹਦੇ ਬੇਸਿਸ 'ਤੇ ਜਿਹੜਾ ਵੀ ਕ੍ਰੀਏਟਿਵ ਆਈਡੀਆ ਬਣਦਾ ਜਾਂ ਕੋਈ ਆਈਡੀਆ ਆਉਂਦਾ ਉਹ ਇੱਕ ਸੇਮ ਬੇਸਿਕ ਆਈਡੀਆ ਹੁੰਦਾ ਕਿ ਜਿਹੜਾ ਹਰ ਕੋਈ ਬੰਦਾ ਸੋਚ ਕੇ ਸੋਚੇਗਾ ਕਿ ਯਾਰ ਇਹ ਗਾਣੇ ਦੇ ਇਤੀ ਸਟੋਰੀ ਇੱਦਾਂ ਹੋਣੀ ਚਾਹੀਦੀ ਹੈ ਜਾਂ ਇਹ ਚੀਜ਼ ਹੋਣੀ ਚਾਹੀਦੀ ਹੈ ਨਾ ਬਟ ਜਦੋਂ ਤੁਸੀਂ ਉਹ ਗਾਣੇ ਨੂੰ ਵਾਰ ਵਾਰ ਸੁਣਦੇ ਹੋ ਫਿਰ ਉਸ ਗਾਣੇ ਦਾ ਮਤਲਬ ਆਈਡੀਆ ਜਾਂ ਕ੍ਰੀਏਟਿਵਨੈਸ ਉੱਥੇ ਕੰਮ ਆਉਂਦੀ ਹੈ ਕਿ ਹਾਂ ਬਈ ਉਸ ਜਿਹੜੀ ਉਹ ਨੋਰਮਲ ਥਿੰਕਿੰਗ ਜਾ ਰਹੀ ਹੈ ਉਸ ਤੋਂ ਉੱਪਰ ਆਪਾਂ ਕਿੱਦਾਂ ਸੋਚਣਾ ਉਹਦੇ ਵਿੱਚ ਫਿਰ ਮਤਲਬ ਸਾਰੇ ਇਨਗਰੀਡੀਅੰਟ ਮਤਲਬ ਏਲਮੈਂਟ ਆਪਾਂ ਪੁੱਟ ਔਨ ਕਰਦੇ ਹਾਂ ਅਤੇ ਫਿਰ ਉਸ ਹਿਸਾਬ ਨਾਲ ਆਪਾਂ ਬਣਾਉਂਦੇ ਹਾਂ ਫਿਰ ਉਹੀ ਆ ਜਾਂਦਾ ਬਜਟ ਜਿਹੜਾ ਕ੍ਰੀਏਟਿਵ ਆਈਡੀਆ ਜਾਂ ਤੁਸੀਂ ਕਹਿ ਰਹੇ ਹੋ ਕਿ ਗਾਣੇ ਦਾ ਕੋਨਸੈਪਟ ਜਾਂ ਜੋ ਵੀ ਹੋਣਾ ਚਾਹੀਦਾ ਉਹ ਵੀ ਸਾਰਾ ਕੁਛ ਉਹਦੇ 'ਤੇ ਡਿਪੈਂਡ ਕਰਦਾ ਕਿ ਹਾਂ ਬਈ ਜੇ ਮੈਨੂੰ ਲੱਗਦਾ ਕਿ ਮੈਂ ਆਹ ਵਿਜ਼ਨ ਸੋਚ ਰਿਹਾ ਅਤੇ ਮੇਰੇ ਕੋਲ ਇੰਨਾ ਸਫੀਸ਼ੀਐਂਟ ਬਜਟ ਹੈਗਾ ਕਿ ਮੈਂ ਆਹ ਚੀਜ਼ ਪੋਸੀਬਲ ਕਰ ਸਕਦਾ ਹਾਂ ਫਿਰ ਉਹ ਪ੍ਰੋਜੈਕਟ ਆਪਾਂ ਅਪ ਟੂ ਦ ਮਾਰਕ ਬਣਾ ਸਕਦੇ ਹਾਂ ਜੇ ਮੈਂ ਸੋਚ ਰਿਹਾ ਕਿ ਮੇਰਾ ਵਿਜ਼ਨ ਬਹੁਤ ਉੱਪਰ ਹੈ ਮੈਂ ਬਹੁਤ ਡਿਫਰੈਂਟ ਜਿਹਾ ਸੋਚ ਰਿਹਾ ਆਊਟ ਆਫ ਦ ਬਾਕਸ ਬਟ ਮੈਂ ਲਿਮਿਟਡ ਬਜਟ ਦੇ ਵਿੱਚ ਹਾਂ ਫਿਰ ਮੈਂ ਉਹ ਚੀਜ਼ ਨਹੀਂ ਪੂਰੀ ਕਰ ਪਾ ਰਿਹਾ ਫਿਰ ਮੈਨੂੰ ਉਨਾ ਕੀ ਦੇਣਾ ਪਊਗਾ ਜਿੰਨਾ ਕਿ ਮੇਰੇ ਕੋਲ ਹੈਗਾ ਆ ਬਟ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਦੱਸ ਦੇਣਾ ਚਾਹੁੰਦਾ ਕਿ ਮੈਂ ਸਟਾਰਟਿੰਗ ਦੇ ਵਿੱਚ ਕਾਫੀ ਸਾਰੇ ਮਤਲਬ
ਤੇ ਮਤਲਬ ਕਈਆਂ ਨੂੰ ਜਿੱਦਾਂ ਆਪਾਂ ਜਿੰਨਾ ਵੀ ਬਜਟ ਹੁੰਦਾ ਸੀ ਆਪਾਂ ਲੈਸ ਕਰਕੇ ਜਾਂ ਕਿੱਦਾਂ ਮਤਲਬ ਜਿਹੜੇ ਵਧੀਆ ਬੰਦੇ ਆਪਣੇ ਨਾਲ ਸ਼ੁਰੂ ਤੋਂ ਚੱਲੇ ਨੇ ਹਨਾ ਉਹਨਾਂ ਦੀ ਆਪਾਂ ਹੈਲਪ ਜਾਂ ਸਪੋਰਟ ਮਤਲਬ ਵਧੀਆ ਕੀਤੀ ਹੋਈ ਹੈ ਹਾਂਜੀ ਓਕੇ ਸੋ ਇੱਕ ਐਜ਼ ਅ 뮤직 ਵੀਡੀਓ ਡਾਇਰੈਕਟਰ ਹੈ ਨਾ ਇਟ ਇਜ਼ ਨਾਟ ਜਸਟ ਅਬਾਊਟ ਯੂ ਹੈ ਨਾ ਹੁਣ ਜੇਕਰ ਆਪਾਂ 뮤직 ਵੀਡੀਓ ਡਾਇਰੈਕਟਰਸ ਦੀ ਹੀ ਗੱਲ ਕਰੀਏ ਬਹੁਤ ਵਾਰੀ ਇਦਾਂ ਹੁੰਦਾ ਹੈ ਕਿ ਕੋਈ ਗਾਣਾ ਬਹੁਤ ਟਾਈਮ ਪਹਿਲਾਂ ਆਇਆ ਹੋਏਗਾ ਹੈ ਨਾ ਔਰ ਹੁਣ ਇੱਕ ਹੋਰ ਗਾਣਾ ਆਇਆ ਲੇਕਿਨ ਉਹ ਜਿਹੜਾ ਇੱਕ ਸ਼ਾਰਟ ਕਹਿ ਲਓ ਜਾਂ ਤੁਸੀਂ ਆਈਡੀਆ ਕਹਿ ਲਓ ਬੇਸਿਕ ਆਈਡੀਆ ਸੇਮ ਸੀਗਾ ਕਈ ਵਾਰੀ ਇਨਫੈਕਟ ਐਗਜ਼ੀਕਿਊਸ਼ਨ ਵੀ ਸੇਮ ਹੋ ਜਾਂਦੀ ਹੈ ਕਿ ਜਿਹੜੀ ਕਿ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਹੈ ਨਾ ਔਰ ਮੈਂ ਇਹ ਨਹੀਂ ਕਹਿ ਰਹੀ ਕਿ ਉਹ ਵੀਡੀਓ ਡਾਇਰੈਕਟਰ ਨੇ ਉਹ ਚੀਜ਼ ਇੰਟੈਂਸ਼ਨਲੀ ਕੀਤੀ ਹੋਏਗੀ ਕਿਉਂਕਿ ਕੋਈ ਵੀ ਆਪਣਾ ਪ੍ਰੋਜੈਕਟ ਇੱਦਾਂ ਨਹੀਂ ਕਰੇਗਾ ਹੈ ਨਾ ਉਹ ਨੋਇੰਗਲੀ ਜਾਂ ਅਨਨੋਇੰਗਲੀ ਤੁਸੀਂ ਪ੍ਰੈਜੈਂਟ ਕਰਤੀ ਲੋਕਾਂ ਤੱਕ ਉਹ ਚੀਜ਼ ਆ ਵੀ ਗਈ ਹੈ ਨਾ ਐਂਡ ਦੈਨ ਆਡੀਅੰਸ ਤੁਸੀਂ ਕਹਿ ਸਕਦੇ ਹੋ ਕਿ ਇੰਨੀ ਸਮਾਰਟ ਹੈਗੀ ਹੈ ਕਿ ਦੇ ਰਿਐਕਟ ਲਾਈਕ ਦੈਟ ਹੈ ਨਾ ਉਹ ਛੇਤੀ ਫੜ ਲੈਂਦੇ ਨੇ ਕਿ ਇਹ ਚੀਜ਼ ਤਾਂ ਯਾਰ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ ਇਹ ਚੀਜ਼ ਤਾਂ ਇੱਦਾਂ ਵੀ ਹੋ ਚੁੱਕੀ ਹੈ ਫਿਰ ਉਹ ਭਾਵੇਂ ਉਹਨਾਂ ਨੂੰ ਮੀਮਸ ਤੋਂ ਪਤਾ ਲੱਗ ਰਹੀ ਹੈ ਜਾਂ ਫਿਰ ਕਮੈਂਟਸ ਤੋਂ ਪਤਾ ਲੱਗ ਰਹੀ ਹੈ ਸੋ ਉਸ ਟਾਈਮ ਤੇ ਕਿਹੋ ਜਿਹਾ ਮਤਲਬ ਕਿ ਐਕਸਪਲੇਨੇਸ਼ਨ ਕੀ ਹੈਗੀ ਉਸ ਚੀਜ਼ ਦੀ ਉਹ ਉਸ ਚੀਜ਼ ਦੇ ਵਿੱਚ ਵੀ ਦੇਖੋ ਹਰ ਇੱਕ ਦੀ ਆਪਣਾ ਆਪਣਾ ਵਿਜ਼ਨ ਹੁੰਦਾ ਕਨਸੈਪਟ ਹੁੰਦਾ ਹੈ ਹਨਾ ਬੇਸਿਕਲੀ ਇਹ ਹੈ ਕਿ ਜਿਹੜੀਆਂ ਚੀਜ਼ਾਂ ਦੇ ਵਿੱਚ ਉਹ ਵਾਲਾ ਸ਼ਾਰਟ ਆਉਣਾ ਹੈ ਉਹ ਆਉਣਾ ਹੀ ਆਉਣਾ ਹੈ ਲੈਟਸ ਸਪੋਜ਼ ਜੇ ਹੁਣ ਕਿਸੇ ਆਪਾਂ ਕਪਲ ਕੋਈ ਬੈਠਾ ਹੈ ਗਾਣੇ ਦਾ ਸ਼ਾਰਟ ਚੱਲ ਰਿਹਾ ਅਤੇ ਇੱਕ ਦੂਜੇ ਨੂੰ ਰੋਟੀ ਖਵਾ ਰਹੇ ਨੇ ਜਾਂ ਮਤਲਬ ਇੱਕ ਦੂਸਰੇ ਨੂੰ ਬਾਈਟ ਖਵਾ ਰਹੇ ਨੇ ਉਹ ਬੇਸਿਕ ਸ਼ਾਰਟ ਆ ਜੇ ਉਹ ਕਿਸੇ ਵੀ ਗਾਣੇ ਦੀ ਹੋਰ ਕਿਸੇ ਗਾਣੇ ਦੀ ਵੀ ਰਿਕੁਆਇਰਮੈਂਟ ਹੋਏਗੀ ਉਹਨਾਂ ਨੇ ਵੀ ਉਹੀ ਚੀਜ਼ ਕਰਨੀ ਹੈ ਬਟ ਹੁਣ ਇਹ ਤਾਂ ਹੈ ਨਹੀਂ ਕਿ ਰੋਟੀ ਮਤਲਬ ਆਪਾਂ ਕੁਛ ਇੱਦਾਂ ਡਿਫਰੈਂਟ ਸਟਾਈਲ ਨਾਲ ਖਵਾ ਦਈਏ ਜਾਂ ਕੋਈ ਜਿਹੜਾ ਬੇਸਿਕ ਜਿਹੜੀ ਚੀਜ਼ ਆ ਉਹ ਹੋਣੀ ਹੋਣੀ ਹੈ ਬਟ ਐਜ਼ ਅ ਆਡੀਅੰਸ ਜੇ ਤੁਸੀਂ ਇੱਦਾਂ ਕਰਦੇ ਹੋ ਕਿ ਜੇ ਤੁਸੀਂ ਕਿਸੇ ਕੋਲ ਕਾਪੀ ਕਰ ਲੈਂਦੇ ਹੋ ਪੂਰਾ ਗਾਣਾ ਹੀ ਕਾਪੀ ਕਰ ਲੈਂਦੇ ਹੋ ਫਿਰ ਤਾਂ ਤੁਹਾਨੂੰ ਆਡੀਅੰਸ ਨੇ ਬਲੇਮ ਕਰਨਾ ਹੀ ਕਰਨਾ ਹੈ ਹੈ ਨਾ ਬਟ ਜਿਹੜਾ ਬਿਲਕੁਲ ਜਸਟੀਫਾਈਡ ਸ਼ਾਰਟ ਹੈਗਾ ਆ ਜੇ ਉਹ ਤੁਸੀਂ ਆਪਣੇ ਗਾਣੇ ਦੇ ਵਿੱਚ ਕਾਪੀ ਕਰ ਰਹੇ ਹੋ ਕਾਪੀ ਨਹੀਂ ਕਰ ਰਹੇ ਮਤਲਬ ਕਿ ਤੁਹਾਡੇ ਗਾਣੇ ਦੀ ਰਿਕੁਆਇਰਮੈਂਟ ਆ ਕਿ ਉਹ ਤੁਹਾਨੂੰ ਲੈਣਾ ਪਊਗਾ ਜੇ ਉਹ ਤੁਸੀਂ ਨਹੀਂ ਲੈ ਰਹੇ ਤਾਂ ਸ਼ਾਰਟ ਤੁਹਾਡਾ ਬਣਦਾ ਹੀ ਨਹੀਂ ਹੈ ਕਈ ਵਾਰੀ ਸ਼ਾਰਟ ਹੀ ਨਹੀਂ ਬਣਦਾ ਕਿ ਆਪਾਂ ਇਹ ਸੋਚਦੇ ਹਾਂ ਕਿ ਯਾਰ ਉਹ ਫਲਾਣੀ ਵੀਡੀਓ 'ਚ ਸੀਗਾ ਹੁਣ ਗੱਡੀ ਚਲਾ ਰਹੇ ਹਾਂ ਆਪਾਂ ਗੱਡੀ ਤਾਂ ਹਰ ਇੱਕ ਗਾਣੇ ਚੱਲਦੀ ਹੈ ਹੁਣ ਗੱਡੀ ਚਲਾਉਣ ਦੇ ਵੀ ਐਂਗਲ ਡਿਫਰੈਂਟ ਹੋਣਗੇ ਜਾਂ ਸੇਮ ਹੋਣਗੇ ਬਟ ਉਹ ਗਾਣੇ ਦੀ ਰਿਕੁਆਇਰਮੈਂਟ ਉਹਦਾ ਚੱਲਣੀ ਚੱਲਣੀ ਹੈ ਸੋ ਇਹ ਡਿਪੈਂਡ ਕਰਦਾ ਹੈ ਕਈ ਵਾਰੀ ਮਜਬੂਰੀ ਵੀ ਹੋ ਜਾਂਦੀ ਹੈ ਸਾਡੀ ਕਿ ਹਾਂ ਬਈ ਇਹ ਸ਼ਾਰਟ ਤਾਂ ਲੈਣਾ ਹੀ ਪੈਣਾ ਆ ਫਿਰ ਉਹ ਲੈ ਲਈਦਾ ਫਿਰ ਉਹ ਇਸ ਤੋਂ ਜ਼ਿਆਦਾ ਦਾ ਕੀ ਕਰਨਾ ਬਟ ਇਹ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਣੀ ਚੀਜ਼ ਓਰਿਜਨਲ ਰੱਖੀ ਜਾਵੇ ਕਿ ਕਾਪੀ ਨਾ ਕੀਤੀ ਜਾਵੇ ਜੇ ਹੋ ਗਿਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੇਸਿਕ ਰਿਕੁਆਇਰਮੈਂਟ ਸੀਗੀ ਹੈ ਨਾ ਕੋਈ ਗੱਡੀ ਚਲਾ ਰਿਹਾ ਜਾਂ ਰੋਟੀ ਖਵਾ ਰਿਹਾ ਦੈਟ ਇਜ਼ ਅ ਵੈਰੀ ਕਾਮਨ ਸਿਨੈਰੀਓ ਲੇਕਿਨ ਲੈਟ ਮੀ ਗਿਵ ਯੂ ਐਨ ਐਗਜ਼ਾਮਪਲ ਜਿਵੇਂ ਕਿ ਮੰਨ ਲਓ ਫੀਮੇਲ ਲੀਡ ਉਹਨਾਂ ਨੇ ਗਾਣੇ ਦੇ ਐਂਡ ਵਿੱਚ ਮਾਰਤੀ ਔਰ ਉਸ ਕੁੜੀ ਦਾ ਮਤਲਬ ਡੈਥ ਦਾ ਰੀਜ਼ਨ ਰਿਹਾ ਬ੍ਰੇਨ ਹੈਮਰੇਜ ਹੁਣ ਚਲੋ ਹੁਣ ਮੈਂ ਇਹ ਨਹੀਂ ਕਹਿ ਰਹੀ ਕਿ ਪੂਰੀ ਸਟੋਰੀ ਸੇਮ ਹੋਏਗੀ ਲੇਕਿਨ ਕਿਤੇ ਨਾ ਕਿਤੇ ਐਗਜ਼ੀਕਿਊਸ਼ਨ ਸੇਮ ਹੋ ਗਈ ਜਿੱਥੇ ਕਿ ਉਹ ਵੱਖਰੀ ਹੋ ਸਕਦੀ ਸੀ ਉਸ ਕੇਸ ਦੇ ਵਿੱਚ ਤੁਸੀਂ ਕੀ ਕਹਿੰਦੇ ਹੋ ਕਿਉਂਕਿ ਬੇਸਿਕ ਸ਼ਾਰਟਸ ਤਾਂ ਅੰਡਰਸਟੈਂਡੇਬਲ ਨੇ ਹੈ ਨਾ ਕਿ ਤੁਹਾਨੂੰ ਦੱਸਦਾ ਕਈ ਵਾਰੀ ਕੀ ਹੁੰਦਾ ਕਿ ਸ਼ੂਟ 'ਤੇ ਨਾ ਜਿੱਦਾਂ ਆਪਾਂ ਚੀਜ਼ਾਂ ਪਲਾਨ ਕੀਤੀਆਂ ਹੁੰਦੀਆਂ ਨੇ ਕਈ ਵਾਰੀ ਉੱਦਾਂ ਚੀਜ਼ਾਂ ਐਗਜ਼ੀਕਿਊਟ ਨਹੀਂ ਹੁੰਦੀਆਂ ਕਈ ਵਾਰੀ ਕੋਈ ਮਤਲਬ ਸਮਾਨ ਨੂੰ ਲੈ ਕੇ ਕੋਈ ਪ੍ਰੋਬਲਮ ਸ਼ਾਰਟੇਜ ਹੋ ਜਾਂਦੀ ਹੈ ਕਈ ਵਾਰੀ ਕੋਈ ਟੈਕਨੀਕਲ ਇਸ਼ੂ ਆ ਜਾਂਦਾ ਹੈ ਤਾਂ ਫਿਰ ਉਸ ਵੇਲੇ ਜੋ ਵੀ ਡਾਇਰੈਕਟਰ ਨੂੰ ਜਾਂ ਜਿਹੜੀ ਵੀ ਟੀਮ ਹੁੰਦੀ ਹੈ ਹੈ ਨਾ ਉਹਨਾਂ ਨੂੰ ਜੋ ਵੀ ਸੈੱਟ ਲੱਗਦਾ ਹੈ ਕਿ ਹਾਂ ਬਈ ਆਪਾਂ ਚਲੋ ਜੋ ਆਪਾਂ ਸੋਚਿਆ ਸੀ ਉਹ ਨਹੀਂ ਹੋ ਪਾ ਰਿਹਾ ਬਟ ਚਲੋ ਆਪਾਂ ਆਹ ਕਰ ਦਿੰਦੇ ਹਾਂ ਫਿਰ ਉਹ ਮੌਕੇ 'ਤੇ ਉਹ ਚੀਜ਼ ਕਰ ਦਿੰਦੇ ਨੇ ਭਾਵੇਂ ਉਹ ਬਾਅਦ 'ਚ ਰਿਲੇਟ ਹੋ ਜਾਵੇ ਬਟ ਉਹਨਾਂ ਨੂੰ ਇਹ ਹੁੰਦਾ ਕਿ ਹਾਂ ਵੀ ਸਾਡੀ ਕੋਈ ਪ੍ਰੋਬਲਮ ਹੋ ਗਈ ਜਾਂ ਟੈਕਨੀਕਲ ਫਾਲਟ ਹੋ ਗਿਆ ਬਟ ਆਪਾਂ ਇਹਨੂੰ ਕਵਰ ਅਪ ਕਰਨ ਦੀ ਬਜਾਏ ਆਪਾਂ ਕੁਛ ਤਾਂ ਮਤਲਬ ਦਿਖਾਈਏ ਕਿਉਂਕਿ ਆਪਣੀ ਗਾਣੇ ਦੀ ਸਟੋਰੀ ਚੱਲ ਰਹੀ ਹੈ ਸੋ ਉਹ ਤਾਂ ਰਿਲੇਟੇਬਲ ਹੋ ਸਕਦੀ ਹੈ ਮੈਨੂੰ ਇਦਾਂ ਲੱਗਦਾ ਓਕੇ ਸੋ ਡੂ ਯੂ ਐਕਸੈਪਟ ਜਾਂ ਫਿਰ ਤੁਸੀਂ ਇਸ ਚੀਜ਼ ਤੋਂ ਉਹ ਤਾਂ ਇਜ਼ ਇਟ ਓਕੇ ਮਤਲਬ ਓਕੇ ਆ ਹਾਂ ਕਰਨਾ ਪੈ ਜਾਂਦਾ ਕਈ ਵਾਰੀ ਇਸ ਦਾ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਓਕੇ ਓਕੇ ਸੋ ਇੱਕ ਨਾ ਮੇਰੇ ਦਿਮਾਗ 'ਚ ਬੜੀ ਇਹ ਚੀਜ਼ ਆਉਂਦੀ ਹੈ ਕਿ ਆਪਾਂ ਬਹੁਤ ਸਾਰੀਆਂ 뮤직 ਵੀਡੀਓਜ਼ ਦੇਖਦੇ ਹਾਂ ਜਿੱਥੇ ਕਿ ਨਾ ਡਾਂਸ ਬਹੁਤ ਜ਼ਿਆਦਾ ਹੁੰਦਾ ਤੇ ਆਮ ਲਾਈਕ ਕਿ ਇੱਥੇ 뮤직 ਵੀਡੀਓ ਡਾਇਰੈਕਟਰ ਕੀ ਕਰਦਾ ਹੋਏਗਾ ਕਿਉਂਕਿ ਉੱਥੇ ਤਾਂ ਕੋਰੀਓਗ੍ਰਾਫਰ ਜਿਹੜਾ ਹੈਗਾ ਉਹ ਡਾਂਸ ਵਗੈਰਾ ਕਰਾ ਕੇ ਥੋੜਾ ਜਿਹਾ ਚਲੇ ਜਾਂਦਾ ਹੋਏਗਾ ਉੱਥੇ ਤੁਹਾਡਾ ਕਿਵੇਂ ਰੋਲ ਮਤਲਬ ਕਿ ਯੂ ਕਮ ਇਨ ਟੂ ਪਲੇ ਓਕੇ ਸੋ ਬੇਸਿਕਲੀ ਇਦਾਂ ਹੁੰਦਾ ਹੈ ਕਿ ਹਰ ਇੱਕ ਨੂੰ ਇਹ ਲੱਗਦਾ ਹੈ ਕਿ ਵੀਡੀਓ ਡਾਇਰੈਕਟਰ ਤਾਂ ਸੈੱਟ ਤੇ ਆਉਂਦੇ ਆ ਤੇ ਉਹ ਤਾਂ ਬਸ ਮਾਈਕ ਫੜ ਕੇ ਤੇ ਐਂ ਕਰ ਲਓ ਇਦਾਂ ਕਰ ਜਾਂਦੇ ਆ ਤੇ ਬਾਕੀ ਜਿਹੜੇ ਕੰਮ ਕਈ ਕਰ ਰਹੇ ਆ ਉਹ ਕਰ ਰਹੇ ਆ ਹਨਾ ਬਟ ਮਤਲਬ ਮੋਸਟਲੀ ਸਾਰਿਆਂ ਨੂੰ ਇਹ ਨਹੀਂ ਪਤਾ ਕਿ ਜਦੋਂ ਆਪਾਂ ਫਸਟ ਸਟੇਜ 'ਤੇ ਗਾਣਾ ਰੈਡੀ ਕਰਦੇ ਹਾਂ ਸਿੰਗਰ ਦਾ ਗਾਣਾ ਆਪਣੇ ਕੋਲ ਆਉਂਦਾ ਉਹ ਗਾਣਾ ਸੁਣ ਕੇ ਮਤਲਬ ਉਹ 'ਤੇ ਸੋਚ ਵਿਚਾਰ ਕਰਕੇ ਕੋਨਸੈਪਟ ਬਣਾ ਕੇ ਕ੍ਰੀਏਟਿਵ ਆਈਡੀਆ ਬਣਾ ਕੇ ਇਹਦੇ ਵਿੱਚ ਕੀ ਟੀਮ ਇਨਵੋਲਵ ਹੋਣੀ ਹੈ ਉਹ ਸਾਰਾ ਆਪਣਾ ਰਾਈਟ ਡਾਊਨ ਕਰਕੇ ਕਿ ਹਾਂ ਵੀ ਕਿਹੜੇ ਕੈਮਰੇ ਦੀ ਟੀਮ ਹੈ ਕਿਹੜੀ ਪ੍ਰੋਡਕਸ਼ਨ ਹੈ ਕਿਹੜੀ ਮਾਡਲ ਹੈ ਕਿਹੜੀ ਲੋਕੇਸ਼ਨ ਆ ਫਿਰ ਇਹਦੇ ਵਿੱਚ ਕੋਰੀਓਗ੍ਰਾਫੀ ਪੈ ਸਕਦੀ ਹੈ ਡਾਂਸ ਦੀ ਜਿੱਦਾਂ ਤੁਸੀਂ ਕਿਹਾ ਕਿ ਹਾਂ ਬਈ ਉਹ ਸਟੈਪਸ ਹੋ ਗਏ ਡਾਂਸਰਸ ਇਨਵੋਲਵ ਕਰਨੇ ਕੋਈ ਥੀਏਟਰ ਆਰਟਿਸਟ ਚਾਹੀਦਾ ਆ ਉਹਦੀ ਰਿਕੁਆਇਰਮੈਂਟ ਹੋ ਗਈ ਆਡੀਅੰਸ ਹੋ ਗਈ ਕੋਈ ਪੈਸੇਜ ਕਰ ਰਿਹਾ ਕੋਈ ਇੱਧਰੋਂ ਆ ਮੈਂ ਤੁਹਾਨੂੰ ਕਿੰਨੀਆਂ ਚੀਜ਼ਾਂ ਗਣਾਈਆਂ
ਉਹਨਾਂ ਨੂੰ ਜਿਹੜੀ ਜੌਬ ਦਿੱਤੀ ਹੋਈ ਆ ਉਹ ਉਹੀ ਰੋਲ ਪਲੇ ਕਰ ਰਹੇ ਹੁੰਦੇ ਨੇ ਸੋ ਦੇਖਣ ਵਾਲਿਆਂ ਨੂੰ ਇਹ ਲੱਗਦਾ ਕਿ ਇਹ ਤਾਂ ਪਹਿਲਾਂ ਹੀ ਇਹ ਕਰ ਰਿਹਾ ਬਟ ਵਿਚਲੀ ਗੱਲ ਇਹ ਹੈ ਕਿ ਉਹ ਪਹਿਲਾਂ ਹੀ ਪ੍ਰੀ ਪਲੈਨ ਕਰ ਲਿਆ ਹੁੰਦਾ ਕਿ ਹਾਂ ਬਈ ਇਹ ਚੀਜ਼ ਹੁਣ ਡਾਇਰੈਕਟਰ ਦੇ ਮਾਇੰਡ 'ਚ ਇਹ ਹੁੰਦਾ ਕਿ ਹਾਂ ਬਈ 2 ਮਿੰਟ 2 ਸੈਕਿੰਡ ਤੋਂ ਲੈ ਕੇ 2 ਮਿੰਟ 10 ਸੈਕਿੰਡ ਤੱਕ ਮੈਨੂੰ ਡਾਂਸ ਸ਼ਾਰਟ ਚਾਹੀਦਾ ਅਤੇ ਉਹਦੇ 'ਤੇ ਸਟੈਪ ਜਿਹੜੇ ਹੈਗੇ ਨੇ ਉਹ ਮੈਂ ਕੋਰੀਓਗ੍ਰਾਫਰ ਨੂੰ ਕਹਿ ਦਿੰਦਾ ਉਹ ਉਹਨਾਂ ਨੂੰ ਟ੍ਰੇਨ ਕਰ ਲੂਗਾ ਜਾਂ ਉਹ ਕਰ ਲੂਗਾ ਸੋ ਉਹ ਬੇਸਿਕ ਇਹੀ ਹੁੰਦਾ ਕਿ ਉਹ ਪਹਿਲਾਂ ਹੋਮਵਰਕ ਹੋ ਗਿਆ ਹੁੰਦਾ ਬਟ ਸੈੱਟ ਦੇ ਵਿੱਚ ਹੁਣ ਫਿਰ ਜੇ ਉਸੇ ਦਿਨ ਜਾ ਕੇ ਬੰਦੇ ਲੱਭਣੇ ਹੋਣ ਤਾਂ ਫਿਰ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਸੋ ਪ੍ਰੋਪਰ ਐਗਜ਼ੀਕਿਊਸ਼ਨ ਬੇਸਿਕਲੀ ਤੁਸੀਂ ਰਿਸਪੋਨਸਿਬਲ ਰਹਿੰਦੇ ਹੋ ਹੈਨਾ ਓਕੇ ਸੋ ਕਿਤੇ ਨਾ ਕਿਤੇ ਕੋਰੀਓਗ੍ਰਾਫਰ ਦੇ ਨਾਲ ਤਾਲਮੇਲ ਬਿਠਾਉਣਾ ਔਖਾ ਜਾਂ ਮਤਲਬ ਕਿਵੇਂ ਰਹਿੰਦਾ ਹੈ ਔਖਾ ਤਾਂ ਨਹੀਂ ਹੁੰਦਾ ਨਹੀਂ ਨਹੀਂ ਔਖਾ ਤਾਂ ਨਹੀਂ ਹੁੰਦਾ ਅਜੇ ਕੁਛ ਹਰ ਇੱਕ ਦੀ ਆਪਣੀ ਆਪਣੀ ਅੰਡਰਸਟੈਂਡਿੰਗ ਹੁੰਦੀ ਹੈ ਸੋ ਬੇਸਿਕਲੀ ਇੱਦਾਂ ਹੁੰਦਾ ਕਿ ਜਦੋਂ ਵੀ ਤੁਸੀਂ 2-4 ਕਿਸੇ ਬੰਦਿਆਂ ਨਾਲ ਕੰਮ ਕਰਨ ਲੱਗ ਪਓ ਤੇ ਤੁਸੀਂ ਉਹਨਾਂ ਨਾਲ ਥੋੜਾ ਫਰੈਂਡਲੀ ਹੋ ਜਾਂਦੇ ਹੋ ਫਿਰ ਉਸ ਹਿਸਾਬ ਨਾਲ ਵਰਕ ਵੀ ਈਜ਼ੀ ਹੋ ਜਾਂਦਾ ਹੈ ਤੁਹਾਨੂੰ ਪਤਾ ਹੈ ਕਿ ਤੁਸੀਂ ਉਹਨਾਂ ਨੂੰ ਕੀ ਦੱਸਣਾ ਹੈ ਉਹਨਾਂ ਨੂੰ ਪਤਾ ਹੈ ਕਿ ਆਪਣੀ ਕੀ ਐਕਸਪੈਕਟੇਸ਼ਨ ਹੈ ਸੋ ਫਿਰ ਉਹ ਫੁਲਫਿਲ ਹੋ ਜਾਂਦੀ ਹੈ ਠੀਕ ਹੈ ਹੁਣ ਇਹ ਤੁਸੀਂ ਨਾ ਗੱਲ ਕਰ ਰਹੇ ਸੀ ਕਿ ਤੁਸੀਂ ਪ੍ਰੋਪਰ ਕਨਸੈਪਟ ਤਿਆਰ ਕਰਕੇ ਜਾਂਦੇ ਹੋ ਕਿ ਵੀ 2 ਸੈਕਿੰਡ ਤੋਂ 10 ਸੈਕਿੰਡ ਤੱਕ ਤੁਹਾਡਾ ਡਾਂਸ ਸ਼ਾਰਟ ਆਏਗਾ ਇਹ ਸਾਰਾ ਕੁਝ ਹੈ ਨਾ ਉਹ ਪ੍ਰੋਪਰ ਤੁਸੀਂ ਕਿਉਂਕਿ ਇਹ ਕਿਤੇ ਨਾ ਕਿਤੇ ਆਪਾਂ ਸਟੋਰੀ ਹੀ ਤਾਂ ਲਿਖ ਰਹੇ ਹਾਂ ਨਾ ਕਿ ਇੱਦਾਂ ਕੁਝ ਜਾਏਗਾ ਕਿਉਂਕਿ ਫਿਲਮਾਂ ਦਾ ਸਾਨੂੰ ਪਤਾ ਹੈ ਕਿ ਪ੍ਰੋਪਰ ਸਕਰੀਨ ਪਲੇ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਅਤੇ ਕਿ ਮਿਊਜ਼ਿਕ ਵੀਡੀਓ ਜਿਹੜੀ ਹੁੰਦੀ ਹੈ ਉਸਦੇ ਲਈ ਵੀ ਇੱਦਾਂ ਦਾ ਕੁਝ ਹੁੰਦਾ ਹੈ ਜਾਂ ਉਹ ਸਿਰਫ ਦਿਮਾਗ 'ਚ ਜਾਂ ਪ੍ਰੋਪਰ ਹਾਂਜੀ ਹਾਂਜੀ ਨਹੀਂ ਸਟੋਰੀ ਬੋਰਡਿੰਗ ਬੋਲਦੇ ਆ ਸ਼ਾਇਦ ਬਿਲਕੁਲ ਸਕਰੀਨ ਪਲੇ ਵਗੈਰਾ ਹੁੰਦਾ ਹੈ ਸਕਰੀਨ ਪਲੇ ਵਗੈਰਾ ਬਣਿਆ ਹੁੰਦਾ ਹੈ ਉਹਦੇ ਵਿੱਚ ਤੁਹਾਨੂੰ ਸਾਰਾ ਮਤਲਬ ਗਾਣੇ ਦੀ ਇੰਟਰੋ ਤੋਂ ਲੈ ਕੇ ਗਾਣੇ ਦੇ ਮਤਲਬ ਐਂਡ ਤੱਕ ਜੋ ਵੀ ਹੋਣਾ ਆ ਤੁਹਾਡੇ ਮਾਇੰਡ 'ਚ ਕਲੀਅਰ ਹੁੰਦਾ ਆ ਉਹਦੇ ਹਿਸਾਬ ਨਾਲ ਤੁਹਾਡੀ ਡੇ ਟਾਈਮਿੰਗਸ ਕੀ ਆ ਤੁਹਾਡੇ 'ਤੇ ਕਿੰਨੇ ਮਤਲਬ ਆਹ ਸ਼ਾਰਟ 'ਤੇ ਆਹ ਸੀਕੁਐਂਸ 'ਤੇ ਕਿੰਨਾ ਟਾਈਮ ਲੱਗਣਾ ਆ ਆਪਾਂ ਕਿੰਨਾ ਟਾਈਮ ਦੇਣਾ ਆ ਕਿਸੇ ਸ਼ਾਰਟ ਨੂੰ ਆਪਾਂ ਘੰਟਾ ਲਾਉਣਾ ਆ ਕਿਸੇ 'ਤੇ ਆਪਾਂ 5 ਮਿੰਟ ਲਾਉਣੇ ਆ ਸੋ ਸਾਰਾ ਪ੍ਰੀ ਪਲੈਨਡ ਹੁੰਦਾ ਆ ਮਤਲਬ ਟੀਮ ਦੇ ਨਾਲ ਜਿੱਦਾਂ ਡਿਸਕਸ਼ਨ 'ਚ ਹੁੰਦਾ ਆ ਕਈ ਵਾਰੀ ਜਿੱਦਾਂ ਅਸਿਸਟੈਂਟ ਡਾਇਰੈਕਟਰ ਵਗੈਰਾ ਹੁੰਦੇ ਆ ਉਹਨਾਂ ਕੋਲ ਸਕਰੀਨ ਪਲੇ ਵਗੈਰਾ ਬਣਿਆ ਹੁੰਦਾ ਆ ਹੈ ਨਾ ਸਾਰਾ ਕੁਛ ਅਤੇ ਉਹ ਸਾਰਾ ਕੁਛ ਮਾਇੰਡ 'ਚ ਚੱਲਦਾ ਰਹਿੰਦਾ ਕਿ ਹਾਂ ਬਈ ਇਸ ਹਿਸਾਬ ਨਾਲ ਉਸੇ ਹਿਸਾਬ ਨਾਲ ਹੀ ਆਪਣਾ ਮਤਲਬ ਸ਼ੂਟ ਦਾ ਪਲਾਨ ਹੁੰਦਾ ਕਿ ਆਪਾਂ ਸਵੇਰੇ ਇੱਥੋਂ ਸ਼ੁਰੂ ਕਰਨਾ ਵਾਲੀ ਲੋਕੇਸ਼ਨ ਤੋਂ ਉਸ ਤੋਂ ਬਾਅਦ ਆਪਾਂ ਕਵਰ ਕਰਕੇ ਉੱਥੇ ਜਾਵਾਂਗੇ ਉਸ ਤੋਂ ਬਾਅਦ ਆਪਣਾ ਬ੍ਰੇਕ ਹੋਏਗੀ ਫਿਰ ਇਸ ਤੋਂ ਬਾਅਦ ਇਹ ਕਰਾਂਗੇ ਸੋ ਐਵਰੀਥਿੰਗ ਇਜ਼ ਪਲਾਨਡ ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਪਹਿਲਾਂ ਰੇਕੀ ਕਰਨੀ ਵੀ ਪੈਂਦੀ ਹੈ ਹਾਂਜੀ ਹਾਂਜੀ ਬਿਲਕੁਲ ਸੋ ਉਹੀ ਜਿਵੇਂ ਕਿ ਤੁਸੀਂ ਦੱਸਿਆ ਕਿ ਲੋਕੇਸ਼ਨਸ ਵਗੈਰਾ ਕਈ ਵਾਰੀ ਤੁਹਾਡੇ ਮਾਈਂਡ 'ਚ ਕਲੀਅਰ ਹੋ ਜਾਂਦੀ ਹੈ ਗਾਣਾ ਸੁਣ ਕੇ ਕਿ ਹਾਂ ਬਈ ਇਹ ਗਾਣਾ ਇੱਥੇ ਸ਼ੂਟ ਕਰਨਾ ਹੈ ਆਪਾਂ ਸੋ ਜਿਹੜੀਆਂ ਤਾਂ ਦਿਮਾਗ ਦੇ ਵਿੱਚ ਲੋਕੇਸ਼ਨਸ ਆ ਜਾਂਦੀਆਂ ਨੇ ਉਹ ਤਾਂ ਕਲੀਅਰ ਹੁੰਦੀਆਂ ਨੇ ਬਟ ਕਈ ਵਾਰੀ ਇਹ ਹੁੰਦਾ ਕਿ ਇਹ ਵਾਲਾ ਹੁਣ ਕਿੱਥੇ ਕੀਤਾ ਜਾਵੇ ਪਾਰਟ ਸੋ ਉਹਦੇ ਵਾਸਤੇ ਫਿਰ ਲੋਕੇਸ਼ਨ ਸਕਾਊਟਿੰਗ ਕਰਨੀ ਪੈਂਦੀ ਹੈ ਜਾ ਕੇ ਦੇਖਣਾ ਪੈਂਦਾ ਕਿ ਹਾਂ ਬਈ ਇੱਥੇ ਕਰੀਏ ਜਾਂ ਨਹੀਂ ਫਿਰ ਇੱਕ ਉਹ ਵੀ ਚੀਜ਼ ਮਾਇੰਡ 'ਚ ਆਉਂਦੀ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਇੱਥੇ ਦਾ ਪਹਿਲਾ ਗਾਣਾ ਹੋ ਚੁੱਕਿਆ ਆ ਇੱਥੇ ਕਰਨਾ ਚਾਹੀਦਾ ਕਿ ਨਹੀਂ ਬਟ ਜੇ ਆਪਾਂ ਨੂੰ ਲੱਗੂਗਾ ਕਿ ਉਹ ਗਾਣੇ ਦੀ ਰਿਕੁਆਇਰਮੈਂਟ ਹੈਗੀ ਆ ਉੱਥੇ ਕਰਨ ਦੀ ਤਾਂ ਫਿਰ ਕਰ ਲਈ ਦਾ ਕੋਈ ਚੱਕਰ ਨਹੀਂ ਹੈਗਾ ਹਾਂਜੀ ਮੋਸਟਲੀ ਤੁਸੀਂ ਹੁਣ ਜਿੱਦਾਂ ਵਾਈਟ ਸੈੱਟ ਦੇਖਿਆ ਜਾਵੇ ਆਪਾਂ ਜਿੱਦਾਂ ਵਾਈਟ ਸੈੱਟ ਦੇ ਵਿੱਚ ਕਾਫੀ ਸਾਰੇ ਗਾਣੇ ਸ਼ਾਰਟ ਹੁੰਦੇ ਆ ਬਟ ਉਹ ਵੈਰਾਈਟੀ ਹੋ ਜਾਂਦੀ ਹੈ ਇੱਕ ਵਾਰੀ ਜਿੱਦਾਂ ਕਿ ਮਤਲਬ ਭੰਗੜੇ ਭੁੰਗੜੇ ਵਾਲੇ ਜਿੱਦਾਂ ਕੋਈ ਡਾਂਸ ਕੋਈ ਹੋ ਜਾਵੇ ਪਰਫਾਰਮੈਂਸ ਜਾਂ ਕੁਛ ਇੱਦਾਂ ਦਾ ਹੋ ਜਾਵੇ ਸੋ ਡਿਫਰੈਂਟ ਵੇਰੀਏਸ਼ਨ ਹੁੰਦੀ ਹੈ ਗਾਣੇ ਦੀ ਹਰ ਇੱਕ ਗਾਣੇ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਡਿਫਰੈਂਟ ਡਿਫਰੈਂਟ ਆ ਜੇਕਰ ਮੈਂ ਤੁਹਾਨੂੰ ਪੁੱਛਾਂ ਹੈ ਨਾ ਹੁਣ ਗੱਲ ਕਰਦੇ ਹੋਏ ਲੱਗ ਰਿਹਾ ਕਿ ਹਾਂ ਠੀਕ ਹੈ ਗਾਣਾ ਸ਼ੂਟ ਹੋ ਜਾਂਦਾ ਹੈ ਤੁਸੀਂ ਚਾਹੁੰਦੇ ਹੋ ਕਨਸੈਪਟ ਲੈ ਕੇ ਇੱਦਾਂ ਉੱਦਾਂ ਲੇਕਿਨ ਆਮ ਸ਼ੋਰ ਬਹੁਤ ਸਾਰੀਆਂ ਡਿਫਿਕਲਟੀਜ਼ ਵੀ ਆਉਂਦੀਆਂ ਨੇ ਬਹੁਤ ਸਾਰੀਆਂ ਪ੍ਰੋਬਲਮਸ ਵੀ ਆਉਂਦੀਆਂ ਹੋਣਗੀਆਂ ਜਦੋਂ ਕੋਈ ਗਾਣਾ ਤੁਸੀਂ ਸ਼ੂਟ ਕਰਨਾ ਹੈ ਸੋ ਕੋਈ ਚੈਲੰਜਸ ਰਹਿੰਦੇ ਨੇ ਹਾਂਜੀ ਹਾਂਜੀ ਬਹੁਤ ਚੈਲੰਜਸ ਰਹਿੰਦੇ ਨੇ ਜੀ ਇੱਦਾਂ ਤਾਂ ਹੈ ਨਹੀਂ ਕਿ ਮਤਲਬ ਆਪਾਂ ਜੋ ਸੋਚਿਆ ਹੁੰਦਾ ਹੈ ਉਹ ਪੋਸੀਬਲ ਹੋ ਜਾਂਦਾ ਹੈ ਤਕਰੀਬਨ ਕੋਸ਼ਿਸ਼ ਸਾਰਿਆਂ ਦੀ ਇਹੀ ਹੁੰਦੀ ਹੈ ਕਿ ਹਾਂ ਵੀ ਜੋ ਆਪਾਂ ਪਲਾਨ ਕੀਤਾ ਹੋਇਆ ਉਹਦੇ ਅਕੋਰਡਿੰਗਲੀ ਆਪਾਂ ਸ਼ੂਟ ਫਿਨਿਸ਼ ਕਰ ਦਈਏ ਤੇ ਸਭ ਕੁਝ ਮਤਲਬ ਵਧੀਆ ਵਧੀਆ ਹੋ ਜਾਏ ਕਿਉਂਕਿ ਸਾਰਿਆਂ ਦਾ ਟਾਈਮ ਇਨਵੋਲਵ ਹੁੰਦਾ ਪੈਸੇ ਇਨਵੋਲਵ ਹੁੰਦੇ ਆ ਸਾਰਿਆਂ ਦੇ ਹਨਾ ਸੋ ਬਟ ਜੇ ਕਈ ਵਾਰੀ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਉਹਦਾ ਸਾਰਾ ਕ੍ਰੈਡਿਟ ਜਾਂਦਾ ਹੈ ਡਾਇਰੈਕਟਰ ਨੂੰ ਕਿਉਂਕਿ ਮਤਲਬ ਇੱਥੋਂ ਹੀ ਬੇਸ ਬਣਦਾ ਹੈ ਸਾਰਾ ਗਾਣੇ ਦਾ ਹਨਾ ਓਬਵੀਅਸਲੀ ਜਿਹੜੀਆਂ ਮੈਂ ਤੁਹਾਨੂੰ ਨੈਚੁਰਲ ਰੀਜ਼ਨਸ ਦਿੰਦਾ ਜੇ ਕੋਈ ਉਹਦੇ ਵਿੱਚ ਤਾਂ ਕਿਸੇ ਦਾ ਇਨਵੋਲਵਮੈਂਟ ਨਹੀਂ ਕਿ ਲੈ ਸਪੋਜ਼ ਜੇ ਆਪਾਂ ਕਿਤੇ ਸ਼ੂਟ ਕਰ ਰਹੇ ਹਾਂ ਕੋਈ ਬਾਰਿਸ਼ ਆ ਗਈ ਜਾਂ ਕੋਈ ਮੌਸਮ ਖਰਾਬ ਹੋ ਗਿਆ ਜਾਂ ਕੋਈ ਟੈਕਨੀਕਲ ਇਸ਼ੂ ਹੋ ਗਿਆ ਉਹਦੇ ਲਈ ਤਾਂ ਸਾਰੇ ਰਿਲਾਇਬਲ ਹੁੰਦੇ ਹੀ ਨੇ ਬਟ ਜੇ ਕੋਈ ਗਾਣਾ ਆਪਾਂ ਕਰ ਰਹੇ ਹਾਂ ਅਤੇ ਗਾਣਾ ਪ੍ਰੋਪਰਲੀ ਟਾਈਮ 'ਤੇ ਨਹੀਂ ਖਤਮ ਹੋ ਰਿਹਾ ਜਾਂ ਕੋਈ ਹੋਰ ਪ੍ਰੋਬਲਮ ਆ ਰਹੀ ਹੈ ਤਾਂ ਉਹਦਾ ਫਿਰ ਕ੍ਰੈਡਿਟ ਆਪਾਂ ਨੂੰ ਲੈਣਾ ਪੈਂਦਾ ਕਿ ਇਹ ਡਾਇਰੈਕਟਰ ਦੀ ਜੌਬ ਹੈ ਸਾਡੀ ਗਲਤੀ ਹੋਈ ਹੈ ਤਾਂ ਕਰਕੇ ਨਹੀਂ ਪੂਰਾ ਹੋਇਆ ਹੈ ਸੱਚ ਰਿਸਪੋਨਸਿਬਿਲਿਟੀ ਹੈ ਨਾ ਔਰ ਇਸ ਤੋਂ ਇਲਾਵਾ ਹੋਰ ਕੋਈ ਜਿਵੇਂ ਤੁਸੀਂ ਰੇਕੀ ਦੀ ਗੱਲ ਕਰ ਰਹੇ ਹੋ ਹੈ ਨਾ ਅਗੇਨ ਉਹੀ ਸ਼ਾਇਦ ਤੁਹਾਨੂੰ ਲੱਗੇਗਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਵੀ ਉਸ ਲੋਕੇਸ਼ਨ 'ਤੇ ਹੋ ਸਕਦਾ ਕਿ ਗਾਣਾ ਸ਼ੂਟ ਹੋਇਆ ਹੈ ਨਾ ਲੋਕੇਸ਼ਨ ਨੂੰ ਲੈ ਕੇ ਇੱਕ ਕੰਸਟ੍ਰੇਂਟ ਹੈਗਾ ਕਦੇ ਇੱਕ ਟਾਈਮ ਕੰਸਟ੍ਰੇਂਟ ਵੀ ਰਹਿੰਦਾ
ਕਿ ਹੋ ਸਕਦਾ ਤੁਹਾਨੂੰ ਅੱਜ ਕਾਲ ਆਈ ਹੈ ਕਿ ਨਵੀਂ ਆਪਾਂ ਨਾ ਕੱਲ ਇਹ ਗਾਣਾ ਬਣਾਉਣਾ ਹੈ ਤੇ ਤੂੰ ਕੱਲ ਕਨਸੈਪਟ ਲੈ ਕੇ ਆ ਜੀ ਜਾਂ ਹੋ ਸਕਦਾ ਅੱਜ ਸ਼ਾਮ ਨੂੰ ਹੀ ਆ ਜੀ ਸੋ ਉਦਾਂ ਦਾ ਕਦੇ ਕੋਈ ਟਾਈਮ ਕੰਸਟ੍ਰੇਂਟ ਵਾਲਾ ਕੁਝ ਹਾਂਜੀ ਹਾਂਜੀ ਮੈਂ ਦੱਸ ਦੇਣਾ ਚਾਹੁੰਦਾ ਕਿ ਐਲੀ ਮਾਰਗਰਟ ਭਾਈ ਦਾ ਇਦਾਂ ਹੀ ਆ ਉਹਨਾਂ ਦੇ ਮਤਲਬ ਦਿਮਾਗ 'ਚ ਜਦੋਂ ਵੀ ਕੁਛ ਆਉਂਦਾ ਕਿ ਹਾਂ ਵੀ ਗਾਣਾ ਆਇਆ ਕੋਈ ਤੇ ਇਹਦੇ ਵਿੱਚ ਆਈ ਉਹ ਉੱਦਾਂ ਕਹਿੰਦੇ ਨੇ ਕਿ ਆਪਾਂ ਕੱਲ੍ਹ ਕਰੀਏ ਜਾਂ ਪਰਸੋਂ ਕਰੀਏ ਉਹ ਕਈ ਵਾਰੀ ਡਿਫੀਕਲਟ ਹੋ ਜਾਂਦਾ ਹੈਂਡਲ ਕਰਨਾ ਅਤੇ ਬਾਕੀ ਤਕਰੀਬਨ ਜਿੰਨੇ ਵੀ ਹੈਗੇ ਨੇ ਆਪਾਂ ਮਤਲਬ ਪਹਿਲਾਂ ਹੀ ਪਲੈਨ ਕਰ ਲੈਂਦੇ ਹੁੰਦੇ ਹਾਂ ਕਿ ਐਜ਼ ਪਰ ਕਿ ਜਿੱਦਾਂ ਵੀ ਆਪਾਂ ਟਾਈਮਿੰਗ ਦਾ ਸੌਟ ਕਰਕੇ ਲੋਕੇਸ਼ਨਸ ਵਾਲਿਆਂ ਨਾਲ ਟਾਈਮਿੰਗਸ ਲੈ ਕੇ ਬੁਕਿੰਗਸ ਕਰਕੇ ਪ੍ਰੋਪਰ ਈਵਨ ਇਫ ਇੱਥੇ ਵੀ ਕਰਨਾ ਜਾਂ ਬਾਹਰ ਵੀ ਕਰਨਾ ਜਿੱਥੇ ਵੀ ਕਰਨਾ ਫਿਰ ਉਹ ਪ੍ਰੋਪਰ ਐਜ਼ ਪਰ ਪਲੈਨ ਹੋ ਜਾਂਦਾ ਮਤਲਬ ਹੋ ਸਕਦਾ ਬਟ ਜਦੋਂ ਟਿਊਨਿੰਗ ਤੁਹਾਡੀ ਸੈੱਟ ਬਹਿ ਜਾਂਦੀ ਹੈ ਅਗਲੇ ਕਲਾਇੰਟ ਨਾਲ ਜਾਂ ਜਿੱਦਾਂ ਵੀ ਹੁੰਦਾ ਹੈ ਨਾ ਫਿਰ ਉਹ ਗੈਪ ਕਵਰ ਕਰਨਾ ਈਜ਼ੀ ਹੋ ਜਾਂਦਾ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਅਗਲੇ ਨੂੰ ਕੀ ਚਾਹੀਦਾ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਕੀ ਦੇਣਾ ਸੋ ਉਹ ਮੈਚ ਕਰ ਜਾਂਦਾ ਫਿਰ ਉਹਦੇ ਵਿੱਚ ਉਹ ਸੋਲਿਊਸ਼ਨ ਨਿਕਲ ਜਾਂਦਾ ਨਵੀਂ ਜਿਵੇਂ ਕਿ ਤੁਸੀਂ ਸਟਾਰਟਿੰਗ 'ਚ ਦੱਸਿਆ ਕਿ ਹੈ ਨਾ ਤੁਸੀਂ ਐਜ਼ ਅ ਮਾਡਲ ਸਟਾਰਟ ਕੀਤਾ ਐਂਡ ਤੁਹਾਡਾ ਇੰਟਰਸਟ ਡਿਵੈਲਪ ਹੋ ਗਿਆ ਵੀਡੀਓ ਡਾਇਰੈਕਸ਼ਨ ਦੇ ਵੱਲ ਆਪਾਂ ਬਹੁਤ ਸਾਰੇ ਮੀਡੀਓ ਯੂ ਨੋ ਮਿਊਜ਼ਿਕ ਵੀਡੀਓ ਡਾਇਰੈਕਟਰਸ ਆਪਾਂ ਦੇਖਦੇ ਹਾਂ ਜਿਹੜੇ ਕਿ ਹਰੇਕ ਦਾ ਆਪਣਾ ਸਟਾਈਲ ਹੈਗਾ ਹੈ ਨਾ ਕਿਸੇ ਦਾ ਆਪਾਂ ਗਾਣੇ ਦੇ ਵਿੱਚ ਨਾਮ ਸੁਣ ਲੈਂਦੇ ਹਾਂ ਕੋਈ ਆਪ ਜ਼ਰੂਰ ਫੀਚਰ ਕਰਦੇ ਨੇ ਮਿਊਜ਼ਿਕ ਵੀਡੀਓ ਦੇ ਵਿੱਚ ਹੈ ਨਾ ਜਾਂ ਫਿਰ ਉਹ ਲੇਟਰ ਔਨ ਮਾਡਲ ਬਣ ਗਏ ਹੈ ਨਾ ਫਿਰ ਭਾਵੇਂ ਆਪਾਂ ਪਰਮੇਸ਼ ਵਰਮਾ ਦੀ ਗੱਲ ਕਰ ਲਈਏ ਜਸ਼ਨ ਨੰਨੜ ਦੀ ਗੱਲ ਕਰ ਲਈਏ ਸੁਖ ਸੰਗੇੜਾ ਦੀ ਗੱਲ ਕਰ ਲਈਏ ਹੈ ਨਾ ਵਿਚ ਇਜ਼ ਦੇਅਰ ਸਟ੍ਰੈਟੇਜੀ ਐਂਡ ਫੇਅਰ ਇਨਫ ਹੈ ਨਾ ਲੇਕਿਨ ਮੈਂ ਤੁਹਾਨੂੰ ਐਜ਼ ਅ ਮਿਊਜ਼ਿਕ ਵੀਡੀਓ ਡਾਇਰੈਕਟਰ ਪੁੱਛਾਂ ਅਤੇ ਇੱਕ ਕੀ ਸਟ੍ਰੈਟੇਜੀ ਤੁਹਾਡੇ ਲਈ ਜੇਕਰ ਮੈਂ ਪੁੱਛਾਂ ਕੀ ਸਟ੍ਰੈਟੇਜੀ ਰਹੇਗੀ ਕਿ ਸੋ ਦੈਟ ਜ਼ਾਹਿਰ ਜਿਹੀ ਗੱਲ ਹੈ ਕਿ ਤੁਸੀਂ ਇੰਨਾ ਮਿਹਨਤ ਕਰ ਰਹੇ ਹੋ ਤਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਕੰਮ ਕੌਣ ਕਰ ਰਿਹਾ ਸੋ ਵਟ ਇਜ਼ ਯੋਰ ਸਟ੍ਰੈਟੇਜੀ ਟੂ ਗੈਟ ਪੀਪਲ ਅਟੈਂਸ਼ਨ ਸੋ ਬੇਸਿਕਲੀ ਇੱਦਾਂ ਹੁੰਦਾ ਕਿ ਜਿੱਦਾਂ ਕਿ ਤੁਸੀਂ ਦੱਸਿਆ ਜਿਹੜੀ ਐਗਜ਼ਾਮਪਲਸ ਦਿੱਤੀਆਂ ਹੈ ਨਾ ਹਰ ਕੋਈ ਮਤਲਬ ਕਰ ਲੈਂਦਾ ਜਿੱਦਾਂ ਉਹ ਚੀਜ਼ ਉਹ ਤਾਂ ਹੁੰਦੀ ਹੈ ਕਿ ਕਈ ਵਾਰੀ ਆਡੀਅੰਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਸਿੰਗਰ ਤਾਂ ਮਤਲਬ ਹੈਗਾ ਸਾਹਮਣੇ ਫੇਸ ਵੀਡੀਓ 'ਚ ਦੇਖ ਰਿਹਾ ਹੈ ਨਾ ਆਪਣੇ ਅਤੇ ਮਾਡਲ ਵੀ ਹੈਗੀ ਹੈ ਸਾਰਾ ਕੁਛ ਸਟੋਰੀ ਬੇਸ ਚੱਲ ਰਿਹਾ ਗਾਣਾ ਸਾਰਾ ਕੁਛ ਹੋ ਰਿਹਾ ਬਟ ਕਈਆਂ ਨੂੰ ਕਈ ਵਾਰੀ ਨਾਮ ਦੇ ਨਾਲ ਨਹੀਂ ਪਤਾ ਲੱਗਦਾ ਕਿ ਹਾਂ ਵੀ ਆਹ ਬੰਦਾ ਹੈ ਕੌਣ ਹੈ ਸੋ ਇੱਕ ਵਾਰੀ ਮਤਲਬ ਉਹ ਚੀਜ਼ ਦਿਖਾਉਣ ਵਾਸਤੇ ਕਿ ਹਾਂ ਵੀ ਆਪਣੀ ਫੋਟੋ ਜਾਂ ਮਤਲਬ ਆਪਣਾ ਸ਼ਾਰਟ ਕੋਈ ਹੋਵੇ ਸਪੈਸ਼ਲ ਜਾਂ ਕਿਤੇ ਬੰਦਾ ਕੀ ਪਾ ਲੈਂਦਾ ਕਿ ਤਾਂ ਕਿ ਆਡੀਅੰਸ ਨੂੰ ਪਤਾ ਲੱਗ ਜਾਂਦਾ ਕਿ ਹਾਂ ਵੀ ਇਹ ਇਸ ਬੰਦੇ ਦਾ ਕੰਮ ਹੈ ਹੈ ਨਾ ਬੇਸਿਕਲੀ ਉਹਦੇ ਵਿੱਚ ਵੀ ਇੱਦਾਂ ਹੁੰਦਾ ਕਿ ਕਈ ਰਨਿੰਗ ਗਾਣੇ ਦੇ ਵਿੱਚ ਵੀ ਆਪਣਾ ਸ਼ਾਰਟ ਪਾ ਲੈਂਦੇ ਨੇ ਜਾਂ ਫਿਰ ਕੋਈ ਸਟੋਰੀ ਦੇ ਹਿਸਾਬ ਨਾਲ ਕੋਈ ਰੋਲ ਹੋਵੇ ਜਾਂ ਕੋਈ ਫੀਚਰਿੰਗ ਦਾ ਕੁਛ ਪਾ ਕੇ ਉਹਦੇ 'ਚ ਦਿਖਾ ਦਿੰਦੇ ਨੇ ਜਾਂ ਫਿਰ ਜਦੋਂ ਗਾਣਾ ਖਤਮ ਹੁੰਦਾ ਹੈ ਤਾਂ ਜਿਹੜੀ ਬਿਹਾਈਂਡ ਦ ਸੀਨਸ ਹੁੰਦੀਆਂ ਤੁਸੀਂ ਦੇਖੀ ਹੋਣਗੀਆਂ ਵੀਡੀਓਜ਼ ਹੈ ਨਾ ਉਹਦੇ ਵਿੱਚ ਦੱਸ ਦਿੰਦੇ ਨੇ ਕਿ ਹਾਂ ਵੀ ਇਹ ਸ਼ੂਟ ਕਿਵੇਂ ਹੋਇਆ ਕਿੱਦਾਂ ਚੱਲ ਰਿਹਾ ਸੀਗਾ ਸੋ ਬੇਸਿਕਲੀ ਇਹੀ ਹੈ ਮੈਨੂੰ ਲੱਗਦਾ ਕਿ ਇਹਦੇ ਨਾਲ ਕਿਸੇ ਵੀ ਆਰਟਿਸਟ ਨੂੰ ਜਾਂ ਕਿਸੇ ਵੀ ਫਲਾਣੇ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਉਸ ਦੇ ਵਿੱਚ ਕਿ ਹਾਂ ਵੀ ਜੇ ਵੀਡੀਓ ਡਾਇਰੈਕਟਰ ਉਹ ਵੀ ਡਿਪੈਂਡ ਕਰਦਾ ਕਿ ਹਾਂ ਵੀ ਤੁਹਾਨੂੰ ਤੁਹਾਡੇ ਨਾਲ ਥੋੜ੍ਹੀ ਆਡੀਅੰਸ ਜੇ ਜੁੜੀ ਹੈ ਅਤੇ ਜਿਹੜੀ ਤੁਹਾਡੀ ਆਡੀਅੰਸ ਹੈ ਜੋ ਤੁਹਾਨੂੰ ਵੀ ਮਤਲਬ ਗਾਣੇ 'ਚ ਦੇਖਣਾ ਚਾਹੁੰਦੀ ਹੈ ਅਤੇ ਉਹਦੇ ਨਾਲ ਵੀ ਉਹ ਗਾਣੇ ਦੀ ਗਰੋਥ ਹੀ ਹੁੰਦੀ ਹੈ ਘੱਟਦੀ ਨਹੀਂ ਹੈਗੀ ਸੋ ਇਹ ਬੇਸਿਕ ਆਈਡੀਆ ਹੀ ਹੁੰਦਾ ਐਂਡ ਆਈ ਥਿੰਕ ਇਟਸ ਫੇਅਰ ਇਨਫ ਹੈ ਨਾ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਜੇਕਰ ਤੁਸੀਂ ਥੋੜ੍ਹੀ ਜਿਹੀ ਸਕਰੀਨ ਪ੍ਰੈਜੈਂਸ ਲੈ ਵੀ ਲਓ ਤਾਂ ਦੈਟ ਡਸਨਟ ਮੇਕ ਐਨੀ ਡਿਫਰੈਂਸ ਹੁਣ ਜਿੱਦਾਂ ਤੁਸੀਂ ਦੱਸ ਰਹੇ ਪਰਮੇਸ਼ ਵਰਮਾ ਹੈ ਨਾ ਉਹਨਾਂ ਨੇ ਮਤਲਬ ਕਈ ਗਾਣੇ ਕੀਤੇ ਉਹ ਆਪ ਹੀ ਫੇਸ ਫੀਚਰ ਆਪਣਾ ਕਰਦੇ ਨੇ ਅਤੇ ਸਿੰਗਰ ਕਈ ਵਾਰੀ ਦਿਖਦਾ ਹੀ ਨਹੀਂ ਹੈਗਾ ਬਟ ਸਾਡੇ ਨਾਲ ਇੱਦਾਂ ਕਿ ਆਪਾਂ ਇੱਦਾਂ ਨਹੀਂ ਕਰ ਰਹੇ ਹਲੇ ਆਪਣਾ ਜਿੱਥੇ ਲੱਗਦਾ ਕਿ ਹਾਂ ਬਈ ਇੱਥੇ ਸ਼ਾਰਟ ਪਾਉਣਾ ਚਾਹੀਦਾ ਉੱਥੇ ਪਾਈਦਾ ਬਾਕੀ ਆਪਣਾ ਗਾਣਾ ਚੱਲਦਾ ਰਹਿੰਦਾ ਉਹੀ ਤੁਹਾਨੂੰ ਮੈਂ ਦੱਸਿਆ ਕਿਉਂਕਿ ਇੱਕ ਸਪੈਸੀਫਿਕ ਆਡੀਅੰਸ ਹੋ ਜਾਂਦੀ ਹੈ ਕਿਉਂਕਿ ਜੇ ਐਜ਼ ਅ ਵੀਡੀਓ ਡਾਇਰੈਕਟਰ ਮੈਂ ਗੱਲ ਕਰਦਾ ਤਾਂ ਆਪਣੇ ਕੋਲ ਵੀ ਆਡੀਅੰਸ ਹੈਗੀ ਹੈ ਜਿਹੜੀ ਡਿਫਰੈਂਟ ਹੁੰਦੀ ਹੈ ਹੈ ਨਾ ਸੋ ਕਈ ਵਾਰੀ ਉਹਨਾਂ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਤੁਸੀਂ ਵੀ ਆਵਾ ਕਰੋ ਗਾਣਿਆਂ ਦੇ ਵਿੱਚ ਤੁਸੀਂ ਦਿਖਦੇ ਨਹੀਂ ਹੋ ਜਾਂਦਾ ਹੈ ਨਾ ਸੋ ਉਸ ਨੂੰ ਫਿਲਫਿਲ ਕਰਨ ਵਾਸਤੇ ਉਹ ਸ਼ਾਇਦ ਹੋ ਜਾਂਦਾ ਸੋ ਡੂ ਯੂ ਪਲਾਨ ਟੂ ਗੋ ਬੈਕ ਟੂ ਮਾਡਲਿੰਗ ਹਾਂਜੀ ਹਾਂਜੀ ਮੈਂ ਕਈ ਗਾਣੇ ਹੈਗੇ ਨੇ ਮੈਂ ਉਹਨਾਂ ਵਿੱਚ ਖੁਦ ਵੀ ਆ ਜਾਂਦਾ ਹਾਂ ਓਕੇ ਮਤਲਬ ਜਿਹੜਾ ਮੈਨੂੰ ਲੱਗਦਾ ਕਿ ਗਾਣਾ ਇਹ ਇਹਦੇ ਵਿੱਚ ਜਿਹੜਾ ਇਹ ਰੋਲ ਹੈ ਇਹ ਮੈਂ ਨਿਭਾ ਸਕਦਾ ਹਾਂ ਵਧੀਆ ਅਤੇ ਉਹ ਮੈਂ ਖੁਦ ਵੀ ਕਰ ਲੈਂਦਾ ਹਾਂ ਅਤੇ ਅੱਗੇ ਹੁਣ ਵੀ ਕਈ ਆਉਣ ਵਾਲੇ ਗਾਣੇ ਹੈਗੇ ਨੇ ਉਹਨਾਂ ਦੇ ਵਿੱਚ ਫੀਚਰਿੰਗ ਹੈਗੀ ਹੈ ਕਿਤੇ ਸਟੋਰੀ ਬੇਸ ਦੇ ਵਿੱਚ ਹੈ ਕਿਤੇ ਮਤਲਬ ਵੈਸੇ ਆਪਣਾ ਸ਼ਾਰਟ ਹੈਗਾ ਆ ਸੋ ਹੁਣ ਵੀ ਜਿਹੜੇ ਆ ਰਹੇ ਨੇ ਗਾਣੇ ਆਏ ਨੇ ਉਹਨਾਂ ਦੇ ਵਿੱਚ ਵੀ ਹੈਗਾ ਸੋ ਮੇਰੇ ਹਿਸਾਬ ਨਾਲ ਕੋਈ ਵੱਡੀ ਗੱਲ ਨਹੀਂ ਹੈ ਪੈਰਲਲੀ ਚੱਲਦਾ ਰਹਿੰਦਾ ਠੀਕ ਹੈ ਉਹ ਜਿੱਦਾਂ ਵਧੀਆ ਚੀਜ਼ ਆ ਉਹ ਜੇ ਆਪਾਂ ਆ ਰਹੇ ਹਾਂ ਤਾਂ ਵਧੀਆ ਚੀਜ਼ ਹੈ ਬਿਲਕੁਲ ਸੋ ਡੂ ਯੂ ਪਲਾਨ ਟੂ ਡਾਇਰੈਕਟ ਅ ਮੂਵੀ ਆਲਸੋ ਹਾਂਜੀ ਮੂਵੀ ਦੀ ਗੱਲ ਚੱਲ ਰਹੀ ਹੈ ਬਟ ਉਹ ਸ਼ਾਇਦ ਇੰਡੀਆ 'ਚ ਨਹੀਂ ਹੋਏਗੀ ਓਕੇ ਇੱਧਰ ਬਾਹਰ ਹੀ ਕਰਾਂਗੇ ਆਪਣੇ ਅਮਰੀਕਾ 'ਚ ਪਲਾਨ ਹੋ ਰਿਹਾ ਅਤੇ ਹੋਪਫੁਲੀ ਮੇਬੀ ਦੇਖਦੇ ਹਾਂ ਨੈਕਸਟ ਈਅਰ ਦੇ ਵਿੱਚ ਕਰਾਂਗੇ
ਤੇ ਉਹਦੇ ਬਾਰੇ ਫਿਰ ਦੇਖਾਂਗੇ ਕਿੱਦਾਂ ਮੇਰੇ ਨਾ ਦੋ ਚੀਜ਼ਾਂ ਰਿਲੇਟ ਕਰਦੀਆਂ ਜੋ ਮੈਂ ਆਪਣੇ ਆਪ ਨੂੰ ਦੇਖਦਾ ਕਿ ਇੱਕ ਤਾਂ ਹੈਸ਼ਟੈਗ ਡ੍ਰੀਮ ਚੇਜ਼ਰ ਅਤੇ ਇੱਕ ਹੈਸ਼ਟੈਗ ਉਹੀ ਮੁੰਡਾ ਉਹ ਵੀ ਹੈਗਾ ਨਾਲ ਹੈ ਨਾ ਸੋ ਡ੍ਰੀਮ ਚੇਜ਼ਰ ਦਾ ਮਤਲਬ ਇਹ ਹੈ ਕਿ ਮਤਲਬ ਦ ਵਨ ਹੂ ਇਜ਼ ਚੇਜ਼ਿੰਗ ਦੇ ਡ੍ਰੀਮਸ ਹੈ ਨਾ ਅਤੇ ਮਤਲਬ ਮੈਂ ਆਪਣੀ ਡ੍ਰੀਮਸ ਚੇਜ਼ ਕਰ ਰਿਹਾ ਮੈਨੂੰ ਮਤਲਬ ਜਿਵੇਂ ਕਿ ਤੁਸੀਂ ਮੈਨੂੰ ਦੱਸਿਆ ਕਿ ਐਜੂਕੇਸ਼ਨ ਕੀਤੀ ਹੈ ਉਸ ਤੋਂ ਬਾਅਦ ਇੱਧਰ ਆਇਆ ਹੈ ਨਾ ਉਹ ਸਾਰੀ ਡ੍ਰੀਮਸ ਨੇ ਮੇਰੀਆਂ ਹੁਣ ਵੀ ਜਿੱਦਾਂ ਮੈਂ ਯੂ ਐੱਸ ਟੂਰ 'ਤੇ ਗਿਆ ਸੀਗਾ ਉੱਥੇ ਵੀ ਮਤਲਬ ਆਪਾਂ ਕਈ ਸਾਰੇ ਸ਼ੂਟ ਕੀਤੇ ਨੇ ਜਾਂ ਮਤਲਬ ਕੋਈ ਲਗਜ਼ਰੀ ਚੀਜ਼ਾਂ ਜਾਂ ਉਹਨਾਂ ਨਾਲ ਇਨਵੋਲਵਮੈਂਟ ਕੀਤਾ ਉਹ ਸਾਰੇ ਡ੍ਰੀਮਸ ਨੇ ਉਹ ਸਾਰੇ ਚੇਜ਼ ਕਰ ਰਹੇ ਹਾਂ ਆਪਾਂ ਹੈ ਨਾ ਹਰ ਕੋਈ ਕਰ ਰਿਹਾ ਕਿਤੇ ਨਾ ਕਿਤੇ ਆਪਣੇ ਡ੍ਰੀਮਸ ਚੇਜ਼ ਕਰ ਰਿਹਾ ਹੈ ਨਾ ਸੋ ਇਹ ਉਹ ਇੱਕ ਮੈਨੂੰ ਕਾਫੀ ਮੋਟੀਵੇਟ ਲੱਗਦੀ ਹੈ ਚੀਜ਼ ਆਪਣੇ ਆਪ ਨੂੰ ਮੈਂ ਮਤਲਬ ਆਪਣੇ ਆਪ ਨੂੰ ਪੰਪ ਜਾਂ ਪੁਸ਼ ਕਰਦਾ ਹਾਂ ਆਪਣਾ ਹੈ ਨਾ ਉਹ ਪੜ੍ਹ ਪੜ੍ਹ ਕੇ ਕਿ ਡ੍ਰੀਮ ਚੇਜ਼ਰ ਜਦੋਂ ਮੈਂ ਲੋਅ ਫੀਲ ਕਰਦਾ ਥੋੜ੍ਹਾ ਬਹੁਤਾ ਅਤੇ ਫਿਰ ਮੈਂ ਉਹ ਚੀਜ਼ ਨੂੰ ਮਤਲਬ ਕਰਦਾ ਉਹ 'ਤੇ ਵਰਕਆਊਟ ਕਰਦਾ ਫਿਰ ਮੈਨੂੰ ਯਾਦ ਆਉਂਦਾ ਕਿ ਡ੍ਰੀਮ ਚੇਜ਼ਰ ਮਤਲਬ ਆਪਣਾ ਡ੍ਰੀਮ ਚੇਜ਼ ਕਰਨੀ ਆ ਆਪਾਂ ਹੈ ਨਾ ਹੋਰ ਮਿਹਨਤ ਕਰਨੀ ਆ ਸੋ ਉਹ ਚੀਜ਼ ਆ ਅਤੇ ਜਿਹੜਾ ਉਹੀ ਮੁੰਡਾ ਆ ਉਹ ਮੈਂ ਵੈਸੇ ਆਪਣੇ ਨਾਲ ਆਇਆ ਪਿਆ ਕਿ ਜਿੱਦਾਂ ਮਤਲਬ ਕਈ ਵਾਰੀ ਮੈਨੂੰ ਜਿੱਦਾਂ ਕਹਿ ਦਿੰਦੇ ਆ ਕਿ ਜਿੱਦਾਂ ਉਹ ਵੀ ਮੁੰਡਾ ਜਾਂਦਾ ਪਿਆ ਜਿਹਨੇ ਉਹ ਗਾਣਾ ਕੀਤਾ ਜਾਂ ਉਹ ਹੀ ਮੁੰਡਾ ਆ ਜਿਹੜਾ ਉੱਥੇ ਉੱਦਾਂ ਹੈ ਨਾ ਸੋ ਮੈਂ ਆਪਣੇ ਨਾਲ ਰਿਲੇਟ ਕਰਦਾ ਉਹ ਚੀਜ਼ ਕੁਆਇਟ ਕ੍ਰੀਏਟਿਵ ਆ ਅੱਛਾ ਨਹੀਂ ਇੰਨਾ ਥੋੜ੍ਹੀ ਅੱਗੇ ਤੁਸੀਂ ਫਲੈਗਸ ਵੀ ਪਾਏ ਹੋਏ ਨੇ ਇੰਡੀਆ ਕੈਨੇਡਾ ਯੂ ਐੱਸ ਏ ਯੂ ਕੇ ਸਾਰਿਆਂ ਦੀ ਪੀ ਆਰ ਹੈ ਕਿ ਨਹੀਂ ਨਹੀਂ ਪੀ ਆਰ ਦਾ ਨਹੀਂ ਆ ਉਹ ਮਤਲਬ ਇਹ ਹੈ ਕਿ ਉਹ ਫੇਵਰੇਟਸ ਨੇ ਜਿਹੜੀਆਂ ਕੰਟਰੀਜ਼ ਨਾ ਓਕੇ ਜਿਹੜੀਆਂ ਚਾਰ ਆਪਾਂ ਹੈਗੀਆਂ ਇੰਡੀਆ ਕੈਨੇਡਾ ਯੂ ਐੱਸ ਤੇ ਯੂ ਕੇ ਹਾਂਜੀ ਉਹ ਤਾਂ ਲਾਏ ਪਏ ਨੇ ਤਾਂ ਕਿ ਜਿਹੜਾ ਦੇਖਣ ਵਾਲਾ ਹੈਗਾ ਉਹਨੂੰ ਲੱਗਦਾ ਕਿ ਹਾਂ ਬਈ ਸਾਡੇ ਇੰਟਰਸਟ ਹੈਗੇ ਨੇ ਪਲੱਸ ਮੈਂ ਉੱਥੇ ਜਾ ਵੀ ਚੁੱਕਿਆ ਪਲੱਸ ਮੈਂ ਉੱਥੇ ਪ੍ਰੋਜੈਕਟਸ ਵੀ ਕਰਦਾ ਹਾਂ ਸੋ ਉਹਦੇ ਰਿਗਾਰਡਿੰਗ ਵੀ ਜੇ ਕੋਈ ਇਨਕੁਆਇਰੀ ਵਗੈਰਾ ਹੁੰਦੀ ਹੈ ਕੋਈ ਕੈਨੇਡਾ ਤੋਂ ਆ ਜਾਂਦੀ ਹੈ ਜਾਂ ਕੋਈ ਯੂਕੇ ਤੋਂ ਜਾਂ ਅਮਰੀਕਾ ਤੋਂ ਤਾਂ ਉਹ ਫਿਰ ਥੋੜ੍ਹਾ ਈਜ਼ੀ ਹੋ ਜਾਂਦਾ ਅਗਲੇ ਨੂੰ ਅੰਡਰਸਟੈਂਡ ਕਰਨ ਲਈ ਕਿ ਇਹ ਬੰਦਾ ਇੱਥੇ ਆ ਜਾਂਦਾ ਆ ਸੋ ਮੈਂ ਟਰੈਵਲ ਕਰ ਰਿਹਾ ਸੀਗਾ ਆਪਣੇ ਇੱਥੇ ਅਮਰੀਕਾ 'ਚ ਕਿਤੇ ਅਤੇ ਫਿਰ ਮੈਂ ਉਹਦੇ ਨਾਲ ਬਹਿ ਕੇ ਉੱਦਾਂ ਹੀ ਸਨੈਪ ਲਿੱਤੀ ਤਾਂ ਉਹਨੇ ਮੇਰੀ ਸਨੈਪ ਖਿੱਚੀ ਹੋਈ ਹੈ ਮੇਰਾ ਸ਼ੁਰੂ ਤੋਂ ਮੇਰੇ ਕਿਤੇ ਨਾ ਕਿਤੇ ਪਾਇਲਟ ਵੀ ਸੀਗਾ ਕਿਤੇ ਦਿਮਾਗ 'ਚ ਕਿਤੇ ਮਤਲਬ ਜਦੋਂ ਮੈਂ ਮਤਲਬ ਐਜੂਕੇਸ਼ਨ ਵਗੈਰਾ ਕਰ ਰਹੀ ਸੀ ਬਟ ਫਿਰ ਉੱਧਰ ਨੂੰ ਮਤਲਬ ਗਿਆ ਹੀ ਨਹੀਂ ਕਦੀ ਧਿਆਨ ਇੱਕ ਵੈਸੇ ਥਾਟ ਜਿਹਾ ਸੀਗਾ ਕਿ ਹਾਂ ਬਈ ਵਾਟ ਇਫ ਆਈ ਵੁੱਡ ਹੈਵ ਬੀਨ ਅ ਪਾਇਲਟ ਔਰ ਸਮਥਿੰਗ ਬਟ ਉਹ ਸੀਗਾ ਬਟ ਉਹ ਫਿਰ ਰਹਿ ਗਿਆ ਫਿਰ ਸ਼ੌਂਕ ਤਾਂ ਹੁਣ ਹੈਗਾ ਆ ਕਿਤੇ ਨਾ ਕਿਤੇ ਫਿਰ ਉਹ ਪੂਰਾ ਕਰ ਲੈਂਦੇ ਹੁੰਦੇ ਫੋਟੋਆਂ ਸ਼ੌਂਕ ਕੀ ਕੋਈ ਕੀਮਤ ਨਹੀਂ ਹੁੰਦੀ ਚਲੋ ਠੀਕ ਹੈ ਸੋ ਆਈ ਥਿੰਕ ਟਾਈਮ ਸਾਨੂੰ ਹੁਣ ਕਹਿ ਰਿਹਾ ਕਿ ਆਪਾਂ ਨੂੰ ਇਸ ਇੰਟਰਵਿਊ ਨੂੰ ਰੈਪ ਅਪ ਕਰਨਾ ਚਾਹੀਦਾ ਲੇਕਿਨ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਤੁਹਾਡੇ ਜਿਹੜੇ ਫੋਰਥ ਕਮਿੰਗ ਪ੍ਰੋਜੈਕਟਸ ਹੈਗੇ ਆ ਕੀ ਕੁਝ ਤੁਸੀਂ ਲੈ ਕੇ ਆ ਰਹੇ ਹੋ ਆਡੀਅੰਸ ਦੇ ਲਈ ਹਾਂਜੀ ਆਪਣੇ ਕਾਫੀ ਸਾਰੇ ਪ੍ਰੋਜੈਕਟਸ ਆ ਰਹੇ ਆ ਜੀ ਜਿਵੇਂ ਜਿਵੇਂ ਕਿ ਆਰਟਿਸਟ ਦੇ ਕਹਿਣ ਅਨੁਸਾਰ ਐਲਬਮ 'ਚ 8-9 ਗਾਣੇ ਹੁੰਦੇ ਆ ਅਤੇ ਤੁਸੀਂ ਇੱਦਾਂ ਹਿਸਾਬ ਲਾ ਲਓ ਕਿ 2 ਐਲਬਮ ਆ ਰਹੀਆਂ ਆਪਣੀਆਂ ਵੀਡੀਓ ਗਾਣੇ ਆਲਮੋਸਟ ਰੈਡੀ ਹੋਏ ਪਏ ਨੇ 14-15 ਆਲਮੋਸਟ ਰੈਡੀ ਨੇ ਵੀਡੀਓ ਗਾਣੇ ਸੋ ਸਾਰੇ ਬੈਕ ਟੂ ਬੈਕ ਆ ਰਹੇ ਨੇ ਉਹਨਾਂ ਵਿੱਚ ਬਾਹਰਲੇ ਸਿੰਗਰਸ ਵੀ ਹੈਗੇ ਨੇ ਇੱਥੇ ਇੰਡੀਆ ਵਾਲੇ ਵੀ ਹੈਗੇ ਨੇ ਅਤੇ ਕਾਫੀ ਸਾਰੇ ਵਧੀਆ ਪ੍ਰੋਜੈਕਟਸ ਆ ਰਹੇ ਨੇ ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਣਗੇ ਆਪਾਂ ਮਿਹਨਤ ਕੀਤੀ ਹੈ ਸਾਰੀ ਟੀਮ ਨੇ ਸੋ ਇਸ ਦੇ ਨਾਲ ਹੀ ਆਪਾਂ ਰੈਪ ਅਪ ਕਰਦੇ ਹਾਂ ਇੰਟਰਵਿਊ ਅਤੇ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਮਜ਼ਾ ਆਇਆ ਕਿ ਤੁਸੀਂ ਜਿੰਨੇ ਵੀ ਆਪਣੇ ਐਕਸਪੀਰੀਅੰਸਿਸ ਸਾਡੇ ਨਾਲ ਸ਼ੇਅਰ ਕੀਤੇ ਐਂਡ ਆਈ ਹੋਪ ਕਿ ਤੁਹਾਨੂੰ ਇੱਥੇ ਆ ਕੇ ਵੀ ਮਜ਼ਾ ਆਇਆ ਹੋਵੇਗਾ ਹਾਂਜੀ ਨਹੀਂ ਬਿਲਕੁਲ ਥੈਂਕ ਯੂ ਸੋ ਮਚ ਤੁਸੀਂ ਇਨਵਾਈਟ ਕੀਤਾ ਅਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਅਤੇ ਥੈਂਕ ਯੂ ਸੋ ਮਚ ਫੋਰ ਕਮਿੰਗ